सुरत कर तुझ बिन सुरत कर को मेरी दर्शन दीज खोल के वार नारायण नरपत नमस्कार ऐसे गुर को बल बल जाइए आप मुक्त मोहे करो बेनंती सुनो मेरे मिता संत टहल की बेला संत टहल की बेला इहां खाट चलो हर लाहा खाट चलो हर लाहा अगे बसन सुहेला बसन सुहेला निमाणिया दे माण नेताणिया दे ताण न्योटिया दे ओट न्यासरिया दे आसरे चबर छतर तख्त दे मालक जुग जुग अटल सरवरे कायनात धरती नू धीरज बख्शनहार पापियां दा मुगदां दा अजान जनां दा पततां दा भी भला करन वाले दयालु स्वरूप याहरा जहूर तन तन साहिब सतगुरु श्री गुरु ग्रंथ साहिब जी महाराज और मालक जी तो वरसाई हुई सतगुरु जी दी गुरु रूप गुरु की साजिन वाजी साध संगत जीओ आप जी तनता दे जोग हो तन हो जो बड़े प्यार दे नाल बड़ी भावना दे नाल बहुत ही प्रेम विच भिज के
ਮਾਲਕ ਜੀ ਦੀ ਇਲਾਹੀ ਬਾਣੀ ਦੁਆਰਾ, ਵਾਹਿਗੁਰੂ ਜੀ ਦੇ ਸਿਮਰਨ ਦੁਆਰਾ, ਜਿੱਥੇ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਹੋ, ਉੱਥੇ ਜ਼ਿੰਦਗੀ ਦੇ ਇਸ ਸਮੇਂ ਨੂੰ ਵੀ ਕੀਮਤੀ ਬਣਾ ਰਹੇ ਹੋ। ਮੈਂ ਬੇਨਤੀ ਕਰਾਂ ਸਮਾਂ ਉਹੀਓ ਕੀਮਤੀ ਹੈ, ਵੇਲਾ ਉਹੀਓ ਕੀਮਤੀ ਹੈ, ਜਿਸ ਵੇਲੇ ਜਿਸ ਸਮੇਂ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਦੇ ਸਿਮਰਨ ਵਿੱਚ, ਉਸ ਮਾਲਕ ਜੀ ਦੇ ਚਿੰਤਨ ਵਿੱਚ ਜੁੜਦੇ ਹਾਂ, ਆਪਣੇ ਮਨਾਂ ਦੀ ਅਵਸਥਾ ਇੱਦਾਂ ਦੀ ਬਣਾ ਲਓ, ਅੰਦਰ ਇਹਨਾਂ ਵਿਚਾਰਾਂ ਨੂੰ ਧਾਰਨ ਕਰ ਲਓ। ਅੱਜ ਜੋ ਆਪਾਂ ਬੈਠੇ ਹਨ ਸਾਰੇ ਰਲ ਮਿਲ ਕੇ, ਹਰੇਕ ਦੀਵਾਨ ਵਿੱਚ ਬੇਨਤੀ ਕਰੀਦੀ ਹੈ, ਕਿਉਂਕਿ ਜੇ ਅਸੀਂ ਇੱਦਾਂ ਕਰਾਂਗੇ ਸਾਡੇ ਅੰਦਰ ਦਾ ਆਨੰਦ ਵਧੇਗਾ। ਆਪਣੇ ਅੰਦਰ ਦੀ ਭਾਵਨਾ ਇੱਦਾਂ ਦੀ ਬਣਾ ਲਓ ਵੀ ਆਹ ਜੋ ਆਪਾਂ ਇੱਥੇ ਬੈਠੇ ਹਨ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਬਾਣੀ ਸਰਵਣ ਕਰ ਰਹੇ ਹਾਂ, ਨਾਲ ਬਾਣੀ ਜਪ ਰਹੇ ਹਾਂ, ਇਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਹਨੇ ਸੰਸਾਰ ਦਾ ਇਹ ਪਸਾਰਾ ਪਸਾਰਿਆ ਹੈ, ਉਹਨੇ ਸਾਡੇ 'ਤੇ ਰਹਿਮਤ ਕੀਤੀ ਹੈ, ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਸਾਡੇ 'ਤੇ ਤਰਸ ਕੀਤਾ ਹੈ, ਤਾਂ ਆਪਾਂ ਇੱਥੇ ਜੁੜ ਮਿਲ ਬੈਠੇ ਹਾਂ। ਵਰਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਸੇ ਰਾਜੇ ਨੂੰ, ਮਹਾਰਾਜੇ ਨੂੰ, ਅਮੀਰ ਨੂੰ, ਵਜ਼ੀਰ ਨੂੰ ਸੰਸਾਰੀ ਵਿਦਿਆ ਦੇ ਵਿੱਚ ਬਹੁਤ ਮਹਾਰਤ ਹਾਸਲ ਵਿਦਵਾਨ ਨੂੰ ਬਾਣੀ ਵਿੱਚ ਵਡਭਾਗਾ ਨਹੀਂ ਦੇਖਿਆ। ਮੇਰੇ ਸਤਿਗੁਰਾਂ ਨੇ ਕੇਵਲ ਵਡਭਾਗਾ ਕਿਹਾ ਹੈ ਉਹਨਾਂ ਨੂੰ ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਉਹਦੀ ਯਾਦ ਵਿੱਚ ਜੁੜਦੇ ਨੇ, ਉਹਦੀ ਬਾਣੀ ਦੇ ਨਾਲ ਆਪਣੇ ਮਨਾਂ ਨੂੰ ਸ਼ਰਸ਼ਾਰ ਕਰਦੇ ਨੇ, ਜਿਹੜੇ ਸੱਚੀ ਸੰਗਤ ਦੇ ਵਿੱਚ ਆਣ ਕੇ ਜੁੜਦੇ ਨੇ, ਸੱਚੀ ਸੰਗਤ ਜਿੱਥੇ ਸੱਚ ਦੀ ਵਿਚਾਰ ਹੋ ਰਹੀ ਹੋਵੇ, ਜਿੱਥੇ ਸੱਚ ਦੀਆਂ ਵਡਿਆਈਆਂ ਹੋ ਰਹੀਆਂ ਹੋਣ, ਸਤਸੰਗਤ ਕਰਨ ਵਾਲੇ ਨੂੰ, ਸਿਮਰਨ ਕਰਨ ਵਾਲੇ ਨੂੰ ਮੇਰੇ ਦਾਤਾ ਜੀ ਨੇ ਵੱਡਿਆਂ ਭਾਗਾਂ ਵਾਲਾ ਕਿਹਾ ਹੈ। ਸੰਸਾਰ ਦੀ ਨਿਗਾਹ ਕੁਝ ਹੋਰ ਜੇ ਤੇ ਮੇਰੇ ਮਾਲਕ ਦੀ ਮੌਜ ਕੁਝ ਹੋਰ ਜੇ। ਪਿਆਰੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਧਨਵਾਨ ਨੂੰ ਸਿੱਧੇ ਲਫਜ਼ਾਂ ਵਿੱਚ ਕਹਿ ਲਈਏ ਜਿਹਦੀ ਜੇਬ 'ਚ ਚਾਰ ਦਮੜੇ ਜ਼ਿਆਦਾ ਦੀਦੇ ਨੇ, ਸੰਸਾਰ ਕਹਿੰਦਾ ਬੜਾ ਕਰਮਾਂ ਵਾਲਾ ਹੈ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਤੇ ਇੱਥੋਂ ਤੱਕ ਬਾਣੀ ਦੁਆਰਾ, ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੁਆਰਾ ਸਾਡੇ ਅੰਦਰ ਦਾ ਭੇਤ ਖੋਲ੍ਹਿਆ ਹੈ। ਸੰਸਾਰ ਦਾ ਜਿਸ ਤਰ੍ਹਾਂ ਦਾ ਸੁਭਾਅ ਹੈ ਮਾਲਕ ਜੀ ਨੇ ਵਰਣਨ ਕੀਤਾ ਹੈ। ਦੁਨੀਆਂ ਦੇ ਲੋਕ ਕਹਿੰਦੇ ਨੇ, ਕਿਉਂਕਿ ਬੰਦਾ ਗੁਰਬਾਣੀ ਦੇ ਗਿਆਨ ਤੋਂ ਬਿਨਾਂ, ਬ੍ਰਹਮ ਦੇ ਗਿਆਨ ਤੋਂ ਬਿਨਾਂ, ਸਿਮਰਨ ਦੀ ਬਖਸ਼ਿਸ਼ ਤੋਂ ਬਿਨਾਂ ਸੰਸਾਰ ਨੂੰ ਸੱਚ ਮੰਨੀ ਬੈਠਾ ਹੈ, ਸੰਸਾਰ ਨੂੰ ਅਟਲ ਮੰਨੀ ਬੈਠਾ ਹੈ, ਸੰਸਾਰ ਦੇ ਨਾਲ ਹੀ ਆਪਣਾ ਮੋਹ ਪਾਈ ਬੈਠਾ ਹੈ। ਔਰ ਮਾਲਕ ਕਹਿੰਦੇ ਸੰਸਾਰ ਵਿੱਚ ਐਸੇ ਲੋਕ ਨੇ ਜਿਹੜੇ ਲੰਮੀ ਉਮਰ ਨੂੰ ਬੜਾ ਕਰਮਾਂ ਵਾਲਾ ਸਮਝਦੇ ਨੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਕਈ ਵਾਰੀ ਆਪਾਂ ਸੁਣਦੇ ਹਾਂ ਨਾ ਗੱਲਾਂ ਬਾਤਾਂ ਕਰਦੇ, ਜਦ ਫਲਾਣਾ ਪਿੰਡ ਨਾਲੋਂ ਸਾਰੇ ਨਾਲੋਂ ਵੱਡੀ ਉਮਰ ਦਾ ਹੈ, ਉਹਨੇ ਫਲਾਣਾ ਸਮਾਂ ਵੀ ਵੇਖਿਆ ਹੈ, ਫਲਾਣਾ ਸਮਾਂ ਵੀ ਵੇਖਿਆ ਹੈ ਉਹਨੇ, ਤੇ ਕਈ ਵਾਰੀ ਲਾਗੋ ਕਹਿ ਦਿੰਦੇ ਨੇ ਏਡੀ ਵੱਡੀ ਉਮਰ, ਬੜਾ ਕਰਮਾਂ ਵਾਲਾ ਹੈ। ਸਾਡੀ ਸੰਸਾਰੀ ਨਿਗਾਹ
ਕਿਸੇ ਬੰਦੇ ਦਾ ਨਾਮ ਬੜਾ ਹੋਵੇ ਰੁਤਬਾ ਹੋਵੇ ਸੰਸਾਰ ਦੇ ਲੋਕ ਉਹਦੇ ਆਖੇ ਲੱਗਦੇ ਹੋਣ ਕਹਿਣ ਤੋਂ ਭਾਵ ਚੌਵਾਂ ਬੰਦਿਆਂ ਦੀ ਗਿਣਤੀ ਉਹਦੇ ਪਿਛਲੇ ਬੰਨੇ ਹੋਵੇ ਉਹਦੇ ਨਾਲ ਤੁਰਦੇ ਹੋਣ ਤੇ ਸੰਸਾਰ ਦੇ ਲੋਕ ਤਾਂ ਵੀ ਕਹਿ ਦਿੰਦੇ ਨੇ ਬੜਾ ਕਰਮਾਂ ਵਾਲਾ ਵੀ ਫਲਾਣੇ ਦੀ ਚੱਲਦੀ ਹੈ ਫਲਾਣਾ ਜਦੋਂ ਖੜਦਾ ਹੈ ਚਾਰ ਬੰਦੇ ਨਾਲ ਖਲੋਂਦੇ ਨੇ ਉਹਦੇ ਉਹ ਜਦੋਂ ਚੱਲਦਾ ਹੈ ਚਾਰ ਬੰਦੇ ਨਾਲ ਚੱਲਦੇ ਨੇ ਉਹਦੇ ਬੜੀ ਗੱਲ ਹੈ ਉਹਦੀ ਤੇ ਅਖੀਰ ਦੀ ਵਾਰੀ ਕਹਿ ਦਿੰਦੇ ਨੇ ਕਰਮਾਂ ਵਾਲਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਸੱਚੇ ਪਾਤਸ਼ਾਹ ਕਿ ਇਹ ਸਾਰੀਆਂ ਚੀਜ਼ਾਂ ਤੇਰੇ ਦਰ ਤੇ ਪ੍ਰਵਾਨ ਨੇ ਭਲਾ ਤੂੰ ਵੀ ਕਹਿੰਦਾ ਇਹਨਾਂ ਚੀਜ਼ਾਂ ਨੂੰ ਇਹਨਾਂ ਗੱਲਾਂ ਨੂੰ ਤੂੰ ਵੀ ਆਪਣੀ ਨਿਗਾਹ ਦੇ ਵਿੱਚ ਬਹੁਤ ਮਹਾਨਤਾ ਦਿੰਦਾ ਹੈ ਤੇ ਮੇਰੇ ਦਾਦਾ ਜੀ ਕਹਿੰਦੇ ਨੇ ਓਏ ਬੰਦਿਆ 100 ਸਾਲ 105 10 ਸਾਲ ਦੀ ਉਮਰ ਵੱਲ ਵੇਖ ਕੇ ਬੜਾ ਵਡਭਾਗਾ ਬੜਾ ਕਰਮਾਂ ਵਾਲਾ ਕਹਿੰਦਾ ਮੇਰੀ ਵਿਚਾਰ ਸੁਣ ਮੈਂ ਤੇਥੋਂ ਤੱਕ ਕਹਿੰਦਾ ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਕਿਸੇ ਦੀ 4 ਯੁੱਗ ਲੰਮੀ ਉਮਰ ਤੇ 10 ਗੁਣਾ ਹੋਰ ਵੱਧ 44 ਯੁੱਗ ਕਿਸੇ ਦੀ ਉਮਰ ਹੋਵੇ ਨਾਂ ਵੀ ਬੜਾ ਚੰਗਾ ਹੋਵੇ ਤੇ ਪ੍ਰਸਿੱਧੀ ਇਹ ਨਹੀਂ ਵੀ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਜਾਂ ਸਟੇਟ 'ਚ ਜਾਂ ਕੰਟਰੀ ਦੇ ਵਿੱਚ ਜਾਂ ਵਰਲਡ ਦੇ ਵਿੱਚ ਨਾ 9 ਖੰਡ ਧਰਤੀ ਤੇ ਬੰਦੇ ਦਾ ਨਾਂ ਹੋਵੇ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਸਾਰੇ ਨਾਲ ਤੁਰਦੇ ਹੋਣ ਪਰ ਜੇ ਉਹਦੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਨਹੀਂ ਹੈਗੀ ਨਜ਼ਰ ਕਿਹਨੂੰ ਕਹਿੰਦੇ ਨੇ ਨਜ਼ਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹੇ ਲਿਵਲਾਏ ਮਾਲਕ ਦੀ ਕਿਰਪਾ ਕੀ ਹੈ ਮਾਲਕ ਦਾ ਨਾਮ ਪ੍ਰਾਪਤ ਹੋ ਜਾਣਾ ਉਹਦੇ ਸਿਮਰਨ ਦੀ ਦਾਤ ਹਿਰਦੇ ਰੂਪੀ ਝੋਲੀ ਵਿੱਚ ਪੈ ਜਾਣੀ ਇਹਦੇ ਤੋਂ ਵੱਡੀ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਰ ਬਖਸ਼ਿਸ਼ ਨਹੀਂ ਹੈਗੀ ਤੇ ਜਿਹਦੇ ਤੇ ਇਹ ਨਹੀਂ ਨਾ ਹੋਈ ਜਿਹਨੂੰ ਸਿਮਰਨ ਦੀ ਦਾਤ ਨਹੀਂ ਮਿਲੀ ਜਿਹਦੇ ਹਿਰਦੇ ਵਿੱਚ ਨਾਮ ਦੀ ਪ੍ਰੀਤੀ ਨਹੀਂ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਉਹਨੂੰ ਕੀੜਿਆਂ ਦੇ ਵਿੱਚ ਵੀ ਕੀੜਾ ਪਾ ਕੇ ਉਹਨਾਂ ਤੋਂ ਵੀ ਵੱਡਾ ਦੋਸ਼ੀ ਜਾਣਿਆ ਜਾਂਦਾ ਮਾਲਕ ਦੀ ਦਰਗਾਹ ਦੇ ਵਿੱਚ ਜੇ ਏਡੇ ਵੱਡੇ ਮਰਾਤਬੇ ਪ੍ਰਾਪਤ ਕਰਕੇ ਸਭ ਕੁਝ ਪ੍ਰਾਪਤ ਕਰਕੇ ਵੀ ਉਹਦੀ ਬੰਦਗੀ ਵਿੱਚ ਨਹੀਂ ਜੁੜਿਆ ਉਹਦੀ ਸਿਮਰਨ ਵਿੱਚ ਨਹੀਂ ਜੁੜਿਆ ਸਿਮਰਨ ਤੋਂ ਬਿਨਾਂ ਬੰਦਗੀ ਤੋਂ ਬਿਨਾਂ ਨਿਤਨੇਮ ਤੋਂ ਬਿਨਾਂ ਬੰਦੇ ਦਾ ਜੀਵਨ ਪਿਆਰਿਓ ਐਸਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ ਤੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਿੱਦਾਂ ਜਲ ਤੋਂ ਬਿਨਾਂ ਖੇਤੀ ਕੁਮਲਾ ਜਾਵੇ ਖੇਤੀ ਸੁੱਕ ਜਾਵੇ ਆਵਾਜ਼ ਬਦਲ ਗਈ ਥੋੜ੍ਹੀ ਉੱਥੇ ਰੱਖੋ ਤੇ ਉਹਨੂੰ ਕੋਈ ਵੇਚ ਕੇ ਦਮੜੇ ਨਹੀਂ ਵੱਟ ਸਕਦਾ ਲਾਹਾ ਨਹੀਂ ਪ੍ਰਾਪਤ ਕਰ ਸਕਦਾ ਧੇਨ ਦੁੱਧ ਤੇ ਬਾਹਰੀ ਜਿਹੜੀ ਗਊ ਦੁੱਧ ਨਾ ਦੇ ਸਕਦੀ ਹੋਵੇ ਉਹ ਕਿਸੇ ਕੰਮ ਨਹੀਂ ਆਉਂਦੀ ਕਿਉਂਕਿ ਉਹਨੂੰ ਜੋਇਆ ਗਊ ਨੂੰ ਜੋਇਆ ਵੀ ਨਹੀਂ ਜਾ ਸਕਦਾ ਇਹ ਨਹੀਂ ਆਪਾਂ ਉਹਦੇ ਨਾਲ ਹੱਲ ਚਲਾ ਲਾਂਗੇ ਉਹਦੇ ਨਾਲ ਖੂਹ ਚਲਾ ਲਾਂਗੇ ਨਹੀਂ ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਿਸ ਤਰ੍ਹਾਂ ਦੁੱਧ ਤੋਂ ਬਿਨਾਂ ਗਊ ਕਿਸੇ ਕੰਮ ਦੀ ਨਹੀਂ ਇਸੇ ਤਰ੍ਹਾਂ ਸਰੀਰ ਭਾਵੇਂ ਕਿੱਡੇ ਵੀ ਵੱਡੇ ਅਹੁਦੇ ਤੇ ਬੈਠਾ ਹੋਵੇ ਇਹਦੇ ਕੋਲ ਜਿੰਨੀ ਮਰਜ਼ੀ ਪ੍ਰਾਪਰਟੀ ਹੋਵੇ ਜਿੰਨਾ ਮਰਜ਼ੀ ਧਨ ਦੌਲਤ ਦਾ ਮਾਲਕ ਹੋਵੇ ਇਹਦੀ ਬੜੀ ਸੰਸਾਰ ਤੇ ਗੱਲ ਹੋਵੇ ਜੇ ਸਿਮਰਨ ਨਹੀਂ ਜੇ ਮਾਲਕ ਦੀ ਬੰਦਗੀ ਨਹੀਂ ਜੇ ਪ੍ਰਭੂ ਦਾ ਹਿਰਦੇ ਵਿੱਚ ਪਿਆਰ ਨਹੀਂ ਤੇ ਇਹਦਾ ਜੀਵਨ ਵੀ ਕਿਸੇ ਕੰਮ ਦਾ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪਿਆਰਿਓ ਸਤਿਗੁਰਾਂ ਨੇ ਸਾਡੇ ਤੇ ਮਿਹਰਾਮਤ ਕੀਤੀ ਹੈ ਤਰਸ ਕੀਤਾ ਹੈ ਜੋ ਆਪਾਂ ਸਾਰੇ ਰਲ ਮਿਲ ਕੇ ਮਾਲਕ ਜੀ ਦੇ ਗੁਣਾਂ ਨੂੰ ਗਾ ਰਹੇ ਹਾਂ ਔਰ ਹੋਰ ਕੁਝ ਸਮਾਂ ਗਾਉਣਾ ਹੈ
ਮੈਂ ਬੇਨਤੀ ਕਰਾਂ ਇਸ ਸਟੇਜ ਕੋਈ ਵਿਦਵਤਾ ਸਿੱਧ ਕਰਨ ਵਾਸਤੇ ਨਹੀਂ ਸੱਜੀ। ਕਈ ਵਾਰੀ ਆਪਾਂ ਗੁਰਬਾਣੀ ਦੇ ਗਿਆਨ ਨੂੰ ਚਰਚਾ ਦਾ ਵਿਸ਼ਾ ਬਣਾ ਲੈਂਦੇ ਹਾਂ। ਬਹੁਤਾਤ ਅਸੀਂ ਗੁਰਬਾਣੀ ਦੀ ਖੋਜ ਕਰਦੇ, ਖਾਸ ਕਰਕੇ ਪ੍ਰਚਾਰਕਾਂ ਦੇ ਵਿੱਚ, ਵੀ ਵਿਦਵਤਾ ਦੀ ਧਾਂਕ ਜੰਮੇ, ਸਾਰੇ ਬੰਨੇ ਲੋਕ ਕਹਿਣ ਵੇਖੋ ਕਿੱਡਾ ਵਿਦਵਾਨ ਬੰਦਾ ਹੈ। ਮੈਂ ਬੇਨਤੀ ਕਰਾਂ ਗੁਰੂ ਨਾਨਕ ਦੀ ਬਾਣੀ ਵਿਦਿਆ ਦੀ ਧਾਂਕ, ਵਿਦਵਤਾ ਦੀ ਧਾਂਕ ਜਮਾਉਣ ਵਾਸਤੇ ਨਹੀਂ ਜੀ ਹੈਗੀ। ਇਹ ਕਿਸੇ ਦੂਸਰੇ ਦੇ ਉੱਪਰ ਤਵੇ ਲਾ ਲਾ ਕੇ ਸਮੇਂ ਨੂੰ ਬਰਬਾਦ ਕਰਨ ਵਾਸਤੇ ਨਹੀਂ ਜੇ ਹੈਗੀ। ਗੁਰੂ ਨਾਨਕ ਦੀ ਬਾਣੀ ਪਿਆਰਿਆ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਸੁਣ, ਤੇਰੇ ਸਾਰੇ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ, ਤੇਰੇ ਰੋਗ ਸਾਰੇ ਖਤਮ ਹੋ ਜਾਣਗੇ, ਤੇਰੇ ਸੰਤਾਪ ਹਿਰਦੇ ਦੇ ਵਿੱਚ ਜਿਹੜੇ ਕਲਾ ਕਲੇਸ਼ ਚੱਲਦੇ ਨੇ, ਤੇਰੇ ਘਰ ਦੇ ਅੰਦਰ ਜਿਹੜੇ ਕਲੇਸ਼ ਚੱਲਦੇ ਨੇ, ਪਵਾੜੇ ਪਏ ਨੇ, ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਇਸ ਗੁਰਬਾਣੀ ਨੂੰ ਸਰਵਣ ਕਰਨਾ ਆਰੰਭ ਕਰ ਦੇ। ਇਹ ਬਾਣੀ ਜਿੱਥੇ ਗਿਆਨ ਦਾ ਸਰੂਪ ਹੈ, ਇਹ ਗੁਰਬਾਣੀ ਉੱਥੇ ਸ਼ਕਤੀ ਦਾ ਵੀ ਸਰੂਪ ਜੀ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਹੜੇ ਪਿਆਰ ਨਾਲ, ਜਿਹੜੇ ਸ਼ਰਧਾ ਦੇ ਨਾਲ ਗੁਰਬਾਣੀ ਦਾ ਜਪ ਸਰਵਣ ਕਰਦੇ, ਜਿੱਦਾਂ ਹੁਣ ਆਪਾਂ ਬੈਠੇ ਹਾਂ, ਸਾਰੇ ਕਾਹਦੇ ਲਈ ਬੈਠੇ ਹਾਂ, ਸਤਿਗੁਰੂ ਦੀ ਬਾਣੀ ਸਰਵਣ ਕਰਨ ਵਾਸਤੇ, ਸਤਿਗੁਰੂ ਦੀ ਬਾਣੀ ਜਪਣ ਵਾਸਤੇ। ਕਿਉਂ? ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਦੁੱਖ ਰੋਗ ਸੰਤਾਪ ਉਤਰੇ ਕਿੱਦਾਂ? ਸੁਣੀ ਸੱਚੀ ਬਾਣੀ। ਜਦੋਂ ਇਹ ਸੱਚੀ ਬਾਣੀ ਸੁਣੀ ਨਾ ਆਪਾਂ ਸ਼ਰਧਾ ਦੇ ਨਾਲ, ਅੰਦਰੋਂ ਪਿਆਰ ਦੇ ਨਾਲ, ਅੰਦਰੋਂ ਭਾਵਨਾ ਦੇ ਨਾਲ ਢਹਿ ਕੇ ਗੁਰੂ ਦੇ ਚਰਨਾਂ ਦੇ ਵਿੱਚ, ਤੇ ਇਹਦਾ ਫਲ ਜੇ ਵਿਅਰਥ ਨਹੀਂ ਜਾਵੇਗਾ ਕਦੀ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਤੈਨੂੰ ਗਰੰਟੀ ਦਿੰਦੇ ਅਸੀਂ, ਗਰੰਟੀ ਇਸ ਗੱਲ ਦੀ, ਤੂੰ ਪ੍ਰੇਮ ਦੇ ਨਾਲ ਬਾਣੀ ਨੂੰ ਸੁਣ, ਤੇਰੇ ਸਾਰੇ ਦੁੱਖ ਰੋਗ ਦਲਿੱਦਰ ਸੰਤਾਪ ਸਾਰੇ ਖਤਮ ਹੋ ਜਾਣਗੇ। ਇਹ ਇਸ ਬਾਣੀ ਦੇ ਵਿੱਚ ਬਰਕਤ ਹੋ, ਇਸ ਬਾਣੀ ਦੇ ਵਿੱਚ ਸ਼ਕਤੀ ਹੋ, ਇਹ ਗੁਰਬਾਣੀ ਦਾ ਪ੍ਰਤਾਪ ਹੀ ਹੋ। ਪ੍ਰੇਮ ਦੇ ਨਾਲ ਜੁੜ ਜਾ, ਪ੍ਰੇਮ ਦੇ ਨਾਲ ਇਸ ਬਾਣੀ ਦਾ ਪੱਲਾ ਪਕੜ ਲੈ। ਔਰ ਗੁਰਬਾਣੀ ਦੀ ਐਡੀ ਵੱਡੀ ਮਹਾਨ ਵਡਿਆਈ ਕੀਤੀ ਹੈ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਉਚਾਰਨ ਕੀਤੀ ਤੇ ਇਹ ਨਹੀਂ ਕਿਹਾ ਇਹ ਮੇਰੀ ਹੈ। ਭਾਈ ਲਾਲੋ ਦੇ ਨਾਲ ਬੈਠੇ ਨੇ, ਗਾਉਂਦੇ ਨੇ ਬਾਣੀ, ਮਰਦਾਨਾ ਰਬਾਬ ਪਿਆ ਵਜਾਉਂਦਾ ਏ, ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਧੰਨ ਗੁਰੂ ਅਰਜਨ ਦੇ ਮਹਾਰਾਜ ਕੀ ਗਾਉਂਦੇ ਨੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਬਖਾਨਾ। ਜਿਹੜੀ ਪੰਗਤੀ ਤੁਸੀਂ ਬਾਣੀ ਦੀ ਬੋਲ ਸਕਦੇ ਹੋ, ਬੋਲਿਆ ਕਰੋ ਬੜੇ ਪਿਆਰ ਨਾਲ। ਇਹਦੇ ਨਾਲ ਸਾਡੀ ਇਕਾਗਰਤਾ ਵਧੇਗੀ, ਧਿਆਨ ਵਧੇਗਾ ਸਾਡਾ, ਤੇ ਜਦੋਂ ਆਪਾਂ ਗੁਰੂ ਦੀ ਬਾਣੀ ਆਪਣੇ ਮੁਖ ਨਾਲ ਬੋਲਦੇ ਹਾਂ ਨਾ, ਜਦੋਂ ਮਾਲਕ ਦਾ ਨਾਮ ਆਪਣੇ ਮੁਖ ਦੇ ਨਾਲ ਆਪਾਂ ਲੈਂਦੇ ਹਾਂ ਨਾ, ਇਸ ਜੀਭਾ ਦੇ ਨਾਲ, ਤੇ ਮੇਰੇ ਦਾਤਾ ਜੀ ਕਹਿੰਦੇ ਨੇ, ਰਾਮ ਗੋਬਿੰਦ ਜਪਿੰਦੇ ਆ ਹੋਆ ਮੁਖ ਪਵਿੱਤਰ। ਤੇਰਾ ਮੁਖ ਪਵਿੱਤਰ ਹੋ ਜਾਏਗਾ, ਤੇਰਾ ਮੂੰਹ ਜਿਹੜਾ ਹੈ ਨਾ ਇਹ ਸੁੱਚਾ ਹੋ ਜਾਏਗਾ। ਸੁੱਚਾ ਕਾਹਦੇ ਨਾਲ? ਮਾਲਕ ਦਾ ਨਾਮ ਲੈਣ ਦੇ ਨਾਲ, ਮਾਲਕ ਦੀ ਬੰਦਗੀ ਕਰਨ ਦੇ ਨਾਲ, ਕਰਮ ਕਾਂਡਾਂ ਦੇ ਨਾਲ ਨਹੀਂ ਸੁੱਚਾ ਹੋਣਾ। ਇਹ ਵਹਿਮਾਂ ਤੇ ਭਰਮਾਂ ਦੇ ਨਾਲ ਨਹੀਂ ਸੁੱਚਾ ਹੋਣਾ। ਸੰਸਾਰ ਤੇ ਹੋਰ ਕੋਈ ਸਾਧਨ ਨਹੀਂ, ਭਾਵੇਂ ਕਈ ਬਣਾਈ ਫਿਰਦੇ ਹੋਣ ਵੀ ਮੈਂ ਬੜਾ ਸੁੱਚਾ, ਮੈਂ ਬੜਾ ਮਹਾਨ, ਮੈਂ ਬੜਾ ਉੱਚਾ। ਮੇਰੇ ਦਾਤਾ ਜੀ ਕਹਿੰਦੇ, ਜੇ ਸੁੱਚਾ ਹੋਣਾ ਹੈ, ਜੇ ਪਵਿੱਤਰ ਹੋਣਾ ਹੈ, ਕਹੋ ਕਬੀਰ ਤੇਈ ਨਾਲ ਸੁੱਚੇ ਸਾਚੀ ਭਰੀ ਵਿਚਾਰਾ।
ਉਹੀਓ ਸੁੱਚੇ ਨੇ, ਉਹੀਓ ਪਵਿੱਤਰ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਵਿਚਾਰ ਦੇ ਨਾਲ ਅੰਦਰੋਂ ਤੇ ਬਾਹਰੋਂ ਇੱਕਮਿੱਕ ਹੋ ਗਏ ਨੇ, ਜਿਹੜੇ ਜੁੜ ਗਏ ਨੇ। ਰਾਮ ਗੋਬਿੰਦ ਚ ਪੈਂਦੇ ਆ ਹੋਆ ਮੁੱਖ ਪਵਿੱਤਰ। ਸਿਮਰਨ ਕਰਨ ਦੇ ਨਾਲ, ਮਾਲਕ ਦੀ ਬਾਣੀ ਨੂੰ ਗਾਉਣ ਦੇ ਨਾਲ ਇਹ ਮੁੱਖ ਜਿਹੜਾ ਪਵਿੱਤਰ ਹੋ ਜਾਂਦਾ ਹੈ। ਹੁਣ ਸਾਡੇ ਵਿੱਚੋਂ ਕਿਹੜਾ ਹੈ ਜਿਹੜਾ ਨਹੀਂ ਚਾਹੁੰਦਾ ਵੀ ਮੇਰਾ ਮੁੱਖ ਪਵਿੱਤਰ ਨਾ ਹੋਵੇ? ਵੀ ਹਰੇਕ ਦੀ ਲਾਲਸਾ ਹੈ, ਮਾਲਕ ਰਹਿਮਤ ਕਰਨ, ਬਖਸ਼ਿਸ਼ ਕਰਨ ਸਾਡੇ ਸਾਰਿਆਂ ਤੇ। ਸੋ ਬੇਨਤੀਆਂ ਇਹ ਨੇ ਵੀ ਆਪਾਂ ਹੁਣ ਜੋ ਜੁੜ ਮਿਲ ਬੈਠੇ, ਭਾਵੇਂ ਅਸੀਂ ਕੁਝ ਕੁ ਜਾਣੇ ਸਟੇਜ ਤੇ ਬੈਠੇ ਹਾਂ ਨਾ, ਪਰ ਆਪਾਂ ਸਾਰੇ ਉਸ ਮਾਲਕ ਦੀਆਂ ਵਡਿਆਈਆਂ ਕਰਨ ਵਾਸਤੇ ਆਏ ਹਾਂ। ਸਾਡੇ ਸਟੇਜ ਤੇ ਬਹਿਣ ਦਾ ਇਹ ਮਤਲਬ ਨਹੀਂ ਵੀ ਅਸੀਂ ਤੁਹਾਨੂੰ ਕੋਈ ਉਪਦੇਸ਼ ਦੇਣ ਵਾਸਤੇ ਆਏ ਉੱਥੋਂ ਚੱਲ ਕੇ, ਨਾ। ਉਪਦੇਸ਼ ਤੇ ਸਾਂਝਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਉਪਦੇਸ਼ਕ ਤੇ ਉਹ ਬੈਠੇ ਨੇ, ਚਵਰ ਛਤਰ ਸਿੰਘਾਸਨ ਦੇ ਮਾਲਕ ਬੈਠੇ ਨੇ। ਅਸੀਂ ਤੇ ਤੁਸੀਂ ਸਾਰੇ ਰਲ ਕੇ ਕੀ ਕਰਨ ਵਾਸਤੇ ਇੱਥੇ ਆਏ ਹਾਂ? ਸਿਮਰਨ ਕਰਨ ਵਾਸਤੇ, ਮਾਲਕ ਦੀ ਵਡਿਆਈ ਦੀ ਵਿਚਾਰ ਕਰਨ ਵਾਸਤੇ, ਉਹਦੇ ਗੁਣ ਗਾਉਣ ਵਾਸਤੇ। ਮੈਂ ਪਹਿਲੋਂ ਬੇਨਤੀ ਕਰ ਦਿੱਤੀ ਹੈ, ਗੁਰੂ ਨਾਨਕ ਦਾ ਦਰ ਵਿਦਵਤਾ ਦਾ ਪ੍ਰਗਟਾਵਾ ਕਰਨ ਵਾਸਤੇ ਨਹੀਂ ਹੈਗਾ। ਇਹ ਸਾਡੇ ਮਨ ਦਾ ਭੁਲੇਖਾ ਹੈ, ਪ੍ਰਚਾਰਕਾਂ ਦੇ ਮਨ ਦਾ ਭੁਲੇਖਾ ਹੋਵੇਗਾ ਵੀ ਜਦੋਂ ਅਸੀਂ ਬੋਲਦੇ ਹਾਂ ਬੜੀ ਸਾਡੀ, ਲੋਕ ਕਹਿੰਦੇ ਫਲਾਣਾ ਆਇਆ ਜੇ, ਬੜੀ ਗੱਲ ਜੇ ਇਹਦੀ, ਇਹ ਤੇ ਐ ਕੰਨਾਂ ਦੇ ਪੜਦੇ ਖੋਲ ਦਿੰਦਾ, ਏਦਾਂ ਕਰਦੇ ਨਹੀਂ ਪਿਆਰੇ। ਇਹ ਤੇ ਮਾਲਕ ਦੇ ਦਰ ਤੇ ਢਹਿਣ ਵਾਲੀ ਬਾਤ ਜੇ। ਇੱਥੇ ਤੇ ਨਿਰਮਾਣਤਾ ਮੇਰੇ ਪਾਤਸ਼ਾਹ ਨੇ ਤੇ ਪਹਿਲੋਂ ਕਹਿਤਾ, ਕਈਆਂ ਦੀ ਵਿਚਾਰ ਇਹ ਹੁੰਦੀ ਹੈ ਵੀ ਅਸੀਂ ਬੜੇ ਗਿਆਨਵਾਨ ਸਟੇਜ ਤੇ ਬੈਠੇ ਹਾਂ ਸਾਹਮਣੇ, ਤੇ ਜਿਹੜੇ ਨੇ ਇਹ ਤੇ ਮੈਨੂੰ ਸੁਣਨ ਵਾਸਤੇ ਆਏ ਨੇ, ਮੇਰੇ ਵਾਸਤੇ ਬੈਠੇ ਨਹੀਂ। ਇਹ ਬੜਾ ਤਗੜਾ ਭੁਲੇਖਾ ਜੇ, ਇਹ ਬੜਾ ਤਗੜਾ, ਮੈਂ ਇੱਥੋਂ ਕਹਿਦਾ ਸਭ ਤੋਂ ਵੱਡਾ ਭਰਮ ਜੇ। ਮੇਰੇ ਮਾਲਕ ਕਹਿੰਦੇ ਜਿਹੜੇ ਸਾਹਮਣੇ ਬਹਿ ਕੇ ਸਰਵਣ ਕਰਨ ਡਏ ਨੇ ਨਾ, ਉਹ ਕਹਿਣ ਵਾਲਿਆ ਤੇਰੇ ਨਾਲੋਂ ਉੱਚਾ ਮਰਾਤਬਾ ਰੱਖਦੇ ਨੇ, ਤੂੰ ਉਹਨਾਂ ਨਾਲੋਂ ਨੀਵਾਂ ਹੈ। ਮਾਲਕ ਦੀ ਬਾਣੀ ਦੇ ਸਤਿਕਾਰ ਵਾਸਤੇ, ਬਾਣੀ ਦੇ ਸਤਿਕਾਰ ਕਰਕੇ ਭਾਵੇਂ ਤੂੰ ਉੱਚੀ ਸਟੇਜ ਤੇ ਬੈਠਾ ਹੈ, ਪਰ ਤੇਰਾ ਮਰਾਤਬਾ ਸੁਣਨ ਵਾਲਿਆਂ ਦੇ ਨਾਲੋਂ ਨੀਵਾਂ ਹੀ ਹੈ। ਕਹਤੇ ਪਵਿੱਤ ਸੁਣਤੇ ਪੁਨੀਤ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਿੰਨ ਵਾਰੀ ਪਵਿੱਤਰ ਕਹੀਏ ਤੇ ਇੱਕ ਵਾਰੀ ਪੁਨੀਤ ਬਣਦਾ। ਪਵਿੱਤਰ 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 ਪੁਨੀਤ, ਕਹਿਣ ਵਾਲਾ ਪਵਿੱਤਰ ਤੇ ਸੁਣਨ ਵਾਲੇ। ਜੋ ਤੁਸੀਂ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਗੁਰੂ ਕਾ ਰੂਪ ਜੁੜ ਮਿਲ ਕੇ ਬੈਠੇ ਹੋ, ਤੁਸੀਂ ਪੁਨੀਤ ਹੋ। ਪੁਨੀਤ ਦਾ ਦਰਜਾ ਉੱਚਾ ਹੈ ਤੇ ਮੈਂ ਅੰਦਰੋਂ ਤਰਲਾ ਲੈਣਾ ਤੁਹਾਡਾ। ਅੱਜ ਸਿਹਤ ਵੀ ਨਹੀਂ ਠੀਕ, ਗਲਾ ਵੀ ਬਹੁਤ ਖਰਾਬ ਸੀ ਕੱਲ ਦਾ। ਅਸੀਸ ਬਖਸ਼ਿਸ਼ ਕਰਿਓ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮੇਰੇ ਮਾਲਕ ਜੀ, ਮੇਰੇ ਦਾਤਾ ਜੀ ਸੰਗਤ ਦੇ ਵਿੱਚ ਨਿਵਾਸ ਕਰਦੇ ਨੇ, ਅਸੀਸ ਬਖਸ਼ਿਸ਼ ਕਰਿਓ ਵੀ ਆਪਾਂ ਸਾਰੇ ਰਲ ਮਿਲ ਕੇ ਮਾਲਕ ਦੀ ਵਡਿਆਈ ਕਰ ਸਕੀਏ। ਜੁੜੇ ਹਨ ਜਿੱਥੇ ਸਤ ਸੰਗਤ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਉੱਥੇ ਆਪਣੀਆਂ ਵਡਿਆਈਆਂ ਦੀ ਦਾਤ ਬਖਸ਼ਣ। ਤਾਂਹੀਓ ਇਹ ਨਿਮਰਤਾ, ਇੰਨੀ ਨਿਮਰਤਾ ਹਿਰਦੇ ਦੇ ਵਿੱਚ ਹੋਣੀ। ਮੇਰੇ ਸਤਿਗੁਰੂ ਸਿਖਾਉਂਦੇ ਨੇ, ਕਹਿੰਦੇ ਨੇ ਬੋਲਣ ਵਾਲਿਆ ਏਦਾਂ ਦੀ ਭਾਵਨਾ ਬਣਾ ਲੈ, ਬੇਸੁਮਾਰ ਅਥਾਹ ਅਗਣਤ ਅਤੁੱਲੈ, ਤੇਰਾ ਅੰਦਰ ਏਦਾਂ ਦਾ ਬਣ ਜਾਵੇ, ਤੂੰ ਅੰਦਰੋਂ ਬੋਲਦਾ ਹੋਇਆ ਵੀ ਏਦਾਂ ਮੰਨੇ ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੋਲੇ। ਗੁਰੂ ਜਿੱਦਾਂ ਤੂੰ ਮੈਨੂੰ ਬੁਲਾ ਰਿਹਾ ਹੈ ਨਾ, ਉਦਾਂ ਮੈਂ ਬੋਲ ਰਿਹਾ। ਮੇਰੀ ਔਕਾਤ ਕੋਈ ਨਹੀਂ ਹੈਗੀ ਵੀ ਤੇਰੇ ਰੂਪ ਸੰਗਤ ਵਿੱਚ ਬੈਠ ਕੇ ਕੁਝ ਬੋਲ ਸਕਾਂ, ਮੇਰੀ ਔਕਾਤ ਕੋਈ ਨਹੀਂ। ਪਰ ਤੂੰ ਸਤਿਗੁਰੂ ਮੈਨੂੰ ਮਾਣ ਬਖਸ਼ਿਸ਼ ਕੀਤਾ ਹੈ, ਮੇਰੇ ਤੇ ਤਰਸ ਕੀਤਾ ਹੈ ਆਪਣੀਆਂ ਕੁਝ ਵਡਿਆਈਆਂ ਕਰਨ ਦਾ। ਤੇ ਪਿਆਰੇ ਉਹ ਪ੍ਰਬੰਧਕ ਜਨਾਂ ਵੱਲੋਂ ਹੁਕਮ ਹੋਇਆ ਸੀ ਵੀ ਸਾਰੀ ਨਾਨਕ ਨਾਮ ਲੇਵਾ ਸੰਗਤਾਂ ਨੇ ਦੋ ਚਾਰ ਦਿਨ ਪਹਿਲਾਂ ਬੜੀ ਸ਼ਰਧਾ ਦੇ ਨਾਲ
ਬੜੀ ਭਾਵਨਾ ਦੇ ਨਾਲ ਨੌਵੇਂ ਗੁਰੂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਤੇ ਉਹਨਾਂ ਨੇ ਹੁਕਮ ਕੀਤਾ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਵਡਿਆਈਆਂ ਵੀ ਜ਼ਰੂਰ ਕਰਨੀਆਂ ਨੇ ਸਤਿਗੁਰੂ ਕਿਰਪਾ ਕਰਨ ਜੈਸੀ ਸੋਝੀ ਬਖਸ਼ਿਸ਼ ਕਰਨਗੇ ਆਪਾਂ ਮਾਲਕ ਜੀ ਦੀ ਵਡਿਆਈ ਵਿੱਚ ਜੁੜਾਂਗੇ ਹੁਣੇ ਆਪਾਂ ਸਰਵਣ ਕੀਤਾ ਸੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਪ੍ਰਕਾਸ਼ ਹੋਏ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਸਪੁੱਤਰ ਸਨ ਸਤਿਗੁਰਾਂ ਦੇ ਜਿੱਥੇ ਪੰਜ ਸਾਹਿਬਜ਼ਾਦੇ ਉੱਥੇ ਬੀਬੀ ਵੀਰੋ ਜੀ ਸਪੁੱਤਰੀ ਹੋਏ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਿੰਨ ਮਹਿਲ ਮਾਤਾ ਦਮੋਦਰੀ ਜੀ ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਧੰਨ ਮਾਤਾ ਦਮੋਦਰੀ ਜੀ ਦੀ ਪਵਿੱਤਰ ਕੁੱਖ ਤੋਂ ਧੰਨ ਬਾਬਾ ਗੁਰਦਿੱਤਾ ਜੀ ਔਰ ਬੀਬੀ ਵੀਰੋ ਜੀ ਦਾ ਜਨਮ ਹੋਇਆ ਧੰਨ ਮਾਤਾ ਮਰਵਾਹੀ ਜੀ ਦੀ ਪਵਿੱਤਰ ਕੁੱਖ ਤੋਂ ਬਾਬਾ ਸੂਰਜਮੱਲ ਜੀ ਦਾ ਜਨਮ ਹੋਇਆ ਔਰ ਧੰਨ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ ਬਾਬਾ ਅਣੀ ਰਾਏ ਜੀ ਬਾਬਾ ਅਟਲ ਜੀ ਔਰ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅੰਮ੍ਰਿਤਸਰ ਦੀ ਧਰਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਵਿੱਚ ਲੀਨ ਨੇ ਸਮਾਧੀ ਤੋਂ ਉਥਾਨ ਹੋਏ ਤੇ ਇੱਕ ਸਿੱਖ ਨੇ ਜਾ ਕੇ ਸਤਿਗੁਰਾਂ ਨੂੰ ਵਧਾਈ ਦਿੱਤੀ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਨੇ ਮਾਲਕ ਜੀ ਬੜੇ ਪ੍ਰਸੰਨ ਹੋਏ ਇਤਿਹਾਸ ਕਹਿੰਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕੀਤੀ ਕੜਾ ਪ੍ਰਸ਼ਾਦ ਦੀ ਦੇਗ ਕਰਵਾਈ ਅਰਦਾਸ ਕੀਤੀ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਔਰ ਮਾਲਕ ਜੀ ਧੰਨ ਬਾਬਾ ਬਿਧੀ ਚੰਦ ਜੀ ਦੇ ਨਾਲ ਭਾਈ ਪ੍ਰਾਣਾ ਜੀ ਦੇ ਨਾਲ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਹਿਲਾਂ ਦੇ ਵਿੱਚ ਆਏ ਤੇ ਜਿਸ ਵੇਲੇ ਆਪਣੇ ਸਾਹਿਬਜ਼ਾਦਾ ਜੀ ਨੂੰ ਦੇਖਿਆ ਤੇ ਉਸ ਵੇਲੇ ਬੜੇ ਪਿਆਰ ਦੇ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੀ ਗੋਦ ਵਿੱਚ ਲਿਆ ਬਹੁਤ ਪਿਆਰ ਕੀਤਾ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲੇ ਪਾਤਸ਼ਾਹ ਮਹਾਰਾਜ ਜਾਣਦੇ ਸਨ ਵੀ ਇਹ ਉਹ ਸਰੀਰ ਪ੍ਰਗਟ ਹੋਇਆ ਏ ਜਿਸ ਸਰੀਰ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋਤ ਨੇ ਸੰਸਾਰ ਦੇ ਭਲੇ ਵਾਸਤੇ ਬਹੁਤ ਵੱਡੇ ਵੱਡੇ ਕਾਰਜ ਕਰਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਉਹਨਾਂ ਨੇ ਸੰਸਾਰ ਦੇ ਵਿੱਚ ਭਗਤੀ ਦਾ ਐਸਾ ਇਤਿਹਾਸ ਸਿਰਜਣਾ ਕੀਤਾ ਪਿਆਰਿਓ 26 ਸਾਲ 9 ਮਹੀਨੇ 13 ਦਿਨ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੇ ਭੋਰੇ ਅੰਦਰ ਐਡੀ ਵੱਡੀ ਸਮਾਧੀ ਮਾਲਕ ਜੀ ਦਾ ਸਿਮਰਨ ਉੱਥੇ ਇਤਿਹਾਸ ਕਹਿੰਦਾ ਏ ਮੇਰੇ ਮਾਲਕ ਜੀ ਬਚਪਨ ਤੋਂ ਹੀ ਐਸਾ ਸੁਭਾਅ ਏ ਦਿਨੇ ਰਾਤ ਸਵਾਸ ਸਵਾਸ ਸਿਮਰਨ ਦੇ ਨਾਲ ਬੰਦਗੀ ਦੇ ਨਾਲ ਜੁੜੇ ਰਹਿੰਦੇ ਸੰਸਾਰ ਦੀ ਕੋਈ ਖੇਡ ਨਹੀਂ ਖੇਡੀ ਸੰਸਾਰ ਦੀਆਂ ਖੇਡਾਂ ਦੇ ਨਾਲ ਆਪਣੇ ਮਨ ਦਾ ਪਰਚਾਵਾ ਨਹੀਂ ਕੀਤਾ ਏਡਾ ਵੱਡਾ ਤਿਆਗੀ ਸੁਭਾਅ ਕਹਿੰਦੇ ਕਿਸੇ ਨੇ ਵੀ ਕੁਝ ਮਾਲਕ ਜੀ ਦੇ ਕੋਲੋਂ ਮੰਗਣਾ ਤੇ ਉਸੇ ਵੇਲੇ ਅਗਲੇ ਦੀ ਝੋਲੀ ਭਰ ਦੇਣੀ ਧੰਨ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ ਤੇ ਮਾਤਾਵਾਂ ਨੇ ਜਿੱਥੇ ਬਾਬਾ ਅਣੀ ਰਾਏ ਬਾਬਾ ਅਟਲ ਜੀ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸੂਰਜਮੱਲ ਜੀ ਨੂੰ ਬਹੁਤ ਸੁੰਦਰ ਕੀਮਤੀ ਕੱਪੜੇ ਪਾਏ ਸੋਨੇ ਦੇ ਆਭੂਖਣ ਪਹਿਨਾਏ ਉੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਸੋਨੇ ਦੇ ਗਹਿਣਿਆਂ ਦੇ ਨਾਲ ਆਭੂਖਣਾਂ ਦੇ ਨਾਲ ਕੀਮਤੀ ਕੱਪੜਿਆਂ ਦੇ ਨਾਲ ਸਜਾਇਆ ਤੇ ਤੁਰੇ ਜਾ ਰਹੇ ਨੇ ਕਿਸੇ ਗਰੀਬ ਨੇ ਅੱਗੇ ਆ ਕੇ ਹੱਥ ਜੋੜੇ ਤੇ ਕਹਿਣ ਲੱਗਾ ਗੁਰੂ ਪੁੱਤਰ ਜੀ ਮੈਂ ਸੁਣਿਆ ਹੈ ਤੁਹਾਡਾ ਸੁਭਾਅ ਬੜਾ ਦਿਆਲੂ ਹੈ ਤੇ ਮੈਂ ਬੜਾ ਗਰੀਬ ਹਾਂ
ਮੇਰੇ ਘਰ ਦੇ ਵਿੱਚ ਦੋ ਟਾਈਮ ਰਜਵਾ ਮੈਨੂੰ ਪ੍ਰਸ਼ਾਦਾ ਵੀ ਨਹੀਂ ਮਿਲਦਾ, ਮੇਰੇ ਤੇ ਤਰਸ ਕਰੋ, ਮੇਰੀ ਝੋਲੀ ਵਿੱਚ ਕੁਝ ਪਾਓ। ਇਤਿਹਾਸ ਕਹਿੰਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਰੇ ਸੋਨੇ ਦੇ ਆਭੂਖਣ ਜਿਹੜੇ ਸਨ ਉਸ ਗਰੀਬ ਦੀ ਝੋਲੀ ਵਿੱਚ ਪਾ ਕੇ ਉਹਦੀ ਉਮਰ ਦੀ ਗਰੀਬੀ ਕੰਗਾਲਤਾ ਜਿਹੜੀ ਉਹ ਖਤਮ ਕਰ ਦਿੱਤੀ। ਘੋੜੇ ਤੇ ਇੱਕ ਦਿਨ ਚੜੇ ਜਾ ਰਹੇ ਨੇ, ਕਿਸੇ ਡੂਮ ਨੇ ਬੇਨਤੀ ਕੀਤੀ, ਮੈਂ ਸੁਣਿਆ ਤੁਸੀਂ ਬੜੇ ਉਦਾਰ ਚਿੱਤੋ, ਬੜੇ ਦਇਆਵਾਨ ਹੋ, ਕਿਰਪਾ ਕਰੋ ਮੈਨੂੰ ਕੁਝ ਬਖਸ਼ਿਸ਼ ਕਰ ਦਿਓ। ਇਤਿਹਾਸ ਕਹਿੰਦਾ ਕੀਮਤੀ ਘੋੜਾ ਉਸ ਡੂਮ ਦੇ ਹੱਥ ਵਿੱਚ ਲਗਾਮ ਫੜਾ ਕੇ ਆਪ ਤੁਰ ਕੇ ਵਾਪਸ ਮਹਿਲਾਂ ਨੂੰ ਆ ਗਏ। ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਜਿੱਥੇ ਜੈ ਜੈਕਾਰਾਂ ਹੁੰਦੀਆਂ ਸਨ, ਉੱਥੇ ਕੀਰਤਪੁਰ ਦੀ ਧਰਤੀ ਤੇ ਵੀ ਜੈ ਜੈਕਾਰਾਂ ਹੁੰਦੀਆਂ ਨੇ। ਲੋਕ ਕਹਿੰਦੇ ਨੇ ਵੀ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਐਸੇ ਦਾਨੀ ਨੇ, ਐਸੇ ਦਇਆਵਾਨ ਨੇ ਵੀ ਉਹਨਾਂ ਕੋਲ ਜਿਹੜਾ ਵੀ ਜਾ ਕੇ ਜਾਚਕ ਬਣਦਾ ਏ ਉਹਦੀਆਂ ਝੋਲੀਆਂ ਭਰਦੇ, ਪਿੱਛੇ ਰੱਖਦੇ ਕੁਝ ਨਹੀਂ। ਇਹ ਵਡਿਆਈਆਂ ਕਰ ਰਹੇ ਨੇ ਲੋਕ, ਪਰ ਉਹਨਾਂ ਲੋਕਾਂ ਨੂੰ ਕੀ ਪਤਾ ਸੀ ਵੀ ਅਜੇ ਵੀ ਤੁਸੀਂ ਥੋੜਾ ਜਿਹਾ ਸਤਿਗੁਰੂ ਦੀ ਵਡਿਆਈ ਦੇ ਵਿੱਚ ਉਰੇ ਤੁਰੇ ਫਿਰਦੇ ਹੋ। ਇਹ ਤੇ ਮੇਰੇ ਦਾਤਾ ਜੀ ਏਦਾਂ ਦੇ ਨੇ, ਅੱਜ ਤੇ ਆਪਣੇ ਕੱਪੜੇ ਦੇ ਰਹੇ ਨੇ, ਅੱਜ ਤੇ ਸੋਨੇ ਦੇ ਨਾਲ ਲੋਕਾਂ ਦੀਆਂ ਝੋਲੀਆਂ ਭਰ ਰਹੇ ਨੇ। ਆਉਣ ਵਾਲੇ ਸਮੇਂ ਤੇ ਇਹੋ ਜਿਹੇ ਜਾਚਕ ਆਉਣਗੇ ਜਿਨ੍ਹਾਂ ਦੀ ਝੋਲੀ ਤਾਂ ਭਰੇਗੀ ਵੀ ਦਾਤੇ ਨੂੰ ਆਪਣਾ ਸਿਰ ਦੇਣਾ ਪਵੇਗਾ। ਇਹ ਤੇ ਏਡੇ ਵੱਡੇ ਦਾਨੀ ਨੇ, ਕੋਈ ਮੰਗਤਾ ਬਣ ਕੇ ਆਵੇਗਾ ਤੇ ਮੇਰੇ ਦਾਤਾ ਜੀ ਉਹਦੀ ਝੋਲੀ ਦੇ ਵਿੱਚ ਆਪਣਾ ਸੀਸ ਵੀ ਦੇ ਦੇਣਗੇ, ਆਪਣਾ ਸਿਰ ਵੀ ਦਾਨ ਵਿੱਚ ਦੇ ਦੇਣਗੇ। ਅਜੇ ਦੁਨੀਆਂ ਦੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ। ਇੱਥੇ ਐਸੇ ਸਤਿਗੁਰੂ ਹੋਣਗੇ ਜਿਨ੍ਹਾਂ ਨੇ ਦਾਨ ਵਿੱਚ ਆਪਣਾ ਸੀਸ ਦੇਣਾ ਹੈ, ਸੀਸ ਸਿਰ ਦੇ ਦਾਨੀ ਹੋਣੇ ਨੇ ਜਿਹੜੇ। ਤੇ ਪਿਆਰਿਓ ਸਮਾਂ ਆ ਗਿਆ ਅਨੰਦਪੁਰ ਸਾਹਿਬ ਦੀ ਉਹ ਧਰਤੀ ਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਹਿੰਦੇ ਨੇ ਤਿਲਕ ਜੰਨੂ ਰਾਖਾ ਪ੍ਰਭ ਦਾ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਜਦੋਂ ਕੌਮ ਨੇ ਆ ਕੇ ਕਿਹਾ, ਜਦੋਂ ਹਿੰਦੂਆਂ ਦੇ ਸਾਰੇ ਬੰਨਿਓ ਆਸਰੇ ਮੁੱਕ ਗਏ, ਜਦੋਂ ਜਿਨ੍ਹਾਂ ਦੀ ਦਿਨੇ ਰਾਤ ਪੂਜਾ ਕਰਦੇ ਸਨ ਮੰਦਿਰਾਂ ਦੇ ਵਿੱਚ ਕਿਸੇ ਨੇ ਬਾਂਹ ਨਾ ਫੜੀ, ਫਿਰ ਚੇਤਾ ਆਇਆ ਗੁਰੂ ਨਾਨਕ ਦਾ ਦਰ ਐਸਾ ਹੈ, ਬਾਂਹ ਫੜੇਗਾ। ਗੁਰੂ ਨਾਨਕ ਦੇ ਦਰਵਾਜ਼ੇ ਤੇ ਜਿਹੜਾ ਜਾਚਕ ਬਣ ਕੇ ਜਾਂਦਾ ਏ ਉਹ ਮੁੜ ਕੇ ਕਦੀ ਖਾਲੀ ਨਹੀਂ ਮੁੜਿਆ। ਤੇ ਗਏ ਅਨੰਦਪੁਰ ਦੀ ਧਰਤੀ ਤੇ ਗੁਰੂ ਨਾਨਕ ਦੇ ਦਰ ਤੇ ਡਿੱਗੇ ਤੇ ਜਾ ਕੇ ਰੋ ਰੋ ਕੇ ਬੇਨਤੀਆਂ ਕੀਤੀਆਂ, ਹੱਥਾਂ ਵਿੱਚ ਬੋਧੀਆਂ ਫੜ ਕੇ ਬੇਨਤੀਆਂ ਕੀਤੀਆਂ, ਮੂੰਹ ਵਿੱਚ ਘਾਹ ਪਾ ਕੇ ਤਰਲੇ ਲਏ, ਦਾਤਾ ਜੀ ਅੱਜ ਸਾਡੇ ਧਰਮ ਨੂੰ ਬਹੁਤ ਵੱਡਾ ਖਤਰਾ ਹੈ। ਤੇ ਮੈਂ ਨਾਲ ਨਾਲ ਬੇਨਤੀ ਕਰਦਿਆਂ ਇਹ ਜਦੋਂ ਸਮਾਂ ਬਣਿਆ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਬਾਲ ਗੋਬਿੰਦ ਰਾਏ ਸਨ ਜਿਹੜੇ ਅਜੇ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਉਮਰ ਅਜੇ 9 ਤੇ 10 ਸਾਲ ਦੇ ਦਰਮਿਆਨ ਹੈ ਤੇ ਪਿਤਾ ਸਤਿਗੁਰੂ ਦੀ ਝੋਲੀ ਵਿੱਚ ਆ ਕੇ ਬੈਠ ਗਏ ਤੇ ਪੁੱਛਣ ਲੱਗੇ ਪਿਤਾ ਜੀ ਇਹ ਕੌਣ ਨੇ, ਇਹ ਕਿਉਂ ਰੋਂਦੇ ਨੇ? ਪਟਨੇ ਸ਼ਹਿਰ ਤੋਂ ਲੈ ਕੇ ਮੈਂ ਆਪ ਜੀ ਦੇ ਦਰਸ਼ਨ ਕੀਤੇ ਨੇ, ਦੀਦਾਰ ਕੀਤੇ ਨੇ, ਇੱਥੇ ਲੋਕ ਰੋਂਦੇ ਹੋਏ ਆਉਂਦੇ ਨੇ ਤੇ ਹੱਸਦੇ ਹੋਏ ਜਾਂਦੇ ਨੇ, ਖੁਸ਼ੀਆਂ ਦੇ ਨਾਲ ਝੂਮਦੇ ਹੋਏ ਜਾਂਦੇ ਨੇ, ਇਹ ਕੌਣ ਨੇ ਰੋਂਦੇ ਆਏ ਤੇ ਅਜੇ ਵੀ ਰੋਈ ਜਾ ਰਹੇ ਨੇ? ਤੇ ਜੀ ਨੇ ਕਿਹਾ ਸੀ ਪੁੱਤਰ ਜੀ ਇਸ ਵਕਤ ਸੰਸਾਰ ਦੇ ਸਭ ਤੋਂ ਵੱਡੇ ਦੁਖੀ ਨੇ। ਤੇ ਮਾਲਕ ਜੀ ਨੇ ਦੁੱਖ ਦਾ ਕਾਰਨ ਪੁੱਛਿਆ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਨਾਂ ਦਾ ਧਰਮ ਅੱਜ ਖਤਰੇ ਦੇ ਵਿੱਚ ਹੈ। ਤੇ ਕਹਿਣ ਲੱਗੇ ਬਾਲ ਗੋਬਿੰਦ ਰਾਏ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਕਿੱਦਾਂ ਬਚੇਗਾ? ਤੇ ਸਤਿਗੁਰੂ ਕਹਿਣ ਲੱਗੇ ਕੋਈ ਮਹਾਨ ਮਹਾਂਪੁਰਖ ਇਹਨਾਂ ਦੇ ਧਰਮ ਵਾਸਤੇ ਆਪਣਾ ਸੀਸ ਕੁਰਬਾਨ ਕਰੇ,
ਇਹ ਜਿਹੜੇ ਬਚਨ ਮੈਂ ਤੁਹਾਨੂੰ ਸੁਣਾ ਰਿਹਾ ਨਾ ਇਹ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਕਹਿਣੀ ਔਰ ਕਰਨੀ ਦੇ ਪੂਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਕਥਾ ਦੇ ਵਿੱਚ ਆਪ ਸਰਵਣ ਕਰਾਏ ਨੇ ਸੰਗਤਾਂ ਨੂੰ ਤੇ ਗਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਕਹਿਣ ਲੱਗੇ ਪਿਤਾ ਸਤਿਗੁਰੂ ਜੀ ਇਸ ਦੁਨੀਆਂ ਦੇ ਵਿੱਚ ਇਸ ਜਹਾਨ ਦੇ ਵਿੱਚ ਤੁਹਾਡੇ ਨਾਲੋਂ ਮਹਾਨ ਕੌਣ ਹੋ ਸਕਦਾ ਹੈ ਤੁਹਾਡੇ ਨਾਲੋਂ ਉੱਚਾ ਕੌਣ ਹੋ ਸਕਦਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਵੇਲੇ ਆਪਣੇ ਪੁੱਤਰ ਦੇ ਉਹ ਮਹਾਨ ਅੰਦਰ ਦਾ ਜੋ ਜਜ਼ਬਾ ਸੀ ਪਰ ਉਪਕਾਰਤਾ ਵਾਲਾ ਜੋ ਮਹਾਨ ਮੁਜਸ਼ਮਾ ਸੀ ਜਿਹਨੇ ਇੱਕ ਦਿਨ ਆ ਕੇ ਸੰਸਾਰ ਤੇ ਪ੍ਰਗਟ ਹੋਣਾ ਸੀ ਸੰਸਾਰ ਦੇ ਲੋਕਾਂ ਨੂੰ ਦੱਸਣ ਵਾਸਤੇ ਵੀ ਮੇਰੇ ਪੁੱਤਰ ਦਾ ਹਿਰਦਾ ਕੈਸਾ ਹੈ ਪੁੱਛਣ ਲੱਗੇ ਪੁੱਤਰ ਜੀ ਕੇਵਲ ਸੰਸਾਰ ਦੇ ਲੋਕਾਂ ਨੂੰ ਆਪਣੇ ਪੁੱਤਰ ਬਾਬਤ ਸਮਝਾਉਣ ਵਾਸਤੇ ਪੁੱਛਿਆ ਕਿਤੇ ਸ਼ੰਕਾ ਨਾ ਕਰਨਾ ਵੀ ਗੁਰੂ ਨੇ ਇਹ ਕੀ ਕਿਹਾ ਹੈ ਕੇਵਲ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਠਾਉਣਾ ਹੈ ਤੇ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਤੇ ਮਾਲਕ ਕਹਿਣ ਲੱਗੇ ਤੁਹਾਨੂੰ ਪਤਾ ਹੈ ਜੇ ਮੈਂ ਆਪਣਾ ਸੀਸ ਕੁਰਬਾਨ ਕਰਾਂਗਾ ਤੇ ਤੁਸੀਂ ਯਤੀਮ ਹੋ ਜਾਵੋਗੇ ਤੁਹਾਡੇ ਮਾਤਾ ਜੀ ਵਿਧਵਾ ਹੋ ਜਾਣਗੇ ਇਤਿਹਾਸ ਕਹਿੰਦਾ ਭਰੇ ਦਰਬਾਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠ ਕੇ ਖਲੋਤੇ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਮੇਰੇ ਯਤੀਮ ਹੋ ਜਾਣ ਦੇ ਨਾਲ ਭਾਰਤ ਵਰਸ਼ ਦੇ ਲੱਖਾਂ ਪੁੱਤਰ ਲੱਖਾਂ ਬੱਚੇ ਮਾਤਾ ਪਿਤਾ ਦਾ ਛਾਇਆ ਮਾਣ ਸਕਦੇ ਨੇ ਯਤੀਮ ਹੋਣ ਤੋਂ ਬਚ ਸਕਦੇ ਨੇ ਤੇ ਮੈਨੂੰ ਇਹ ਸਭ ਦਾ ਪ੍ਰਵਾਨ ਹੈ ਜੇ ਭਾਰਤ ਵਰਸ਼ ਦੀਆਂ ਲੱਖਾਂ ਇਸਤਰੀਆਂ ਆਪਣੇ ਸੁਹਾਗ ਨੂੰ ਮਾਣ ਕੇ ਆਪਣੀ ਜ਼ਿੰਦਗੀ ਬਤੀਤ ਕਰ ਸਕਦੀਆਂ ਨੇ ਜੇ ਭਾਰਤ ਵਰਸ਼ ਦੀਆਂ ਲੱਖਾਂ ਇਸਤਰੀਆਂ ਵਿਧਵਾ ਹੋਣ ਤੋਂ ਬਚ ਸਕਦੀਆਂ ਨੇ ਤੇ ਮੈਂ ਆਪਣੀ ਮਾਤਾ ਨੂੰ ਵਿਧਵਾ ਕਰਾਉਣ ਵਾਲਾ ਇਹ ਸੌਦਾ ਪ੍ਰਵਾਨ ਕਰਦਾ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਉਣ ਵਾਲਾ ਗੁਰੂ ਕੈਸਾ ਹੈ ਜਿਹੜਾ ਸੰਸਾਰ ਦੇ ਭਲੇ ਵਾਸਤੇ ਕਿਸੇ ਦੁਖੀਏ ਦੇ ਸੁੱਖ ਵਾਸਤੇ ਕਿਸੇ ਗਰੀਬ ਤੇ ਮਜਨੂਮ ਵਾਸਤੇ ਆਪਣਾ ਸਰਬੰਸ ਕਿੱਦਾਂ ਕੁਰਬਾਨ ਕਰਨਾ ਚਾਹੁੰਦਾ ਇੱਦਾਂ ਦਾ ਗੁਰੂ ਨਹੀਂ ਜੇ ਸੰਸਾਰ ਤੇ ਕੋਈ ਹੈਗਾ ਜਿਹਨੇ ਕਿਸੇ ਵਾਸਤੇ ਆਪਣੇ ਸੁੱਖਾਂ ਦਾ ਤਿਆਗ ਕੀਤਾ ਹੋਵੇ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮੈਂ ਨਾਲ ਨਾਲ ਬੇਨਤੀਆਂ ਕਰਾਂ ਜਿਨ੍ਹਾਂ ਵਾਸਤੇ ਸਤਿਗੁਰਾਂ ਨੇ ਆਪਣੇ ਪਿਤਾ ਨੂੰ ਤੋਰਿਆ ਦਿੱਲੀ ਵਿੱਚ ਕੁਰਬਾਨ ਹੋਣ ਵਾਸਤੇ ਇਹ ਵੀ ਹੈ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨੁੱਖਤਾ ਦੀ ਖਾਤਰ ਸੀਸ ਕੁਰਬਾਨ ਕੀਤਾ ਕਿਉਂਕਿ ਦਿੱਲੀ ਦੇ ਦਰਬਾਰ ਦੇ ਵਿੱਚ ਜਿਸ ਵੇਲੇ ਔਰੰਗਜ਼ੇਬ ਨੇ ਕਿਹਾ ਸੀ ਤੁਹਾਡੇ ਤੇ ਸਾਡੇ ਮਤ ਵਿੱਚ ਕੋਈ ਬਹੁਤਾ ਫਰਕ ਨਹੀਂ ਅਸੀਂ ਵੀ ਬੁੱਤ ਪ੍ਰਸਤੀ ਦਾ ਖੰਡਨ ਕਰਦੇ ਹਾਂ ਤੇ ਤੁਹਾਡੀ ਬਾਣੀ ਦੇ ਵਿੱਚ ਵੀ ਮੂਰਤੀ ਪੂਜਾ ਵਿਵਰਜਿਤ ਹੈ ਤੁਸੀਂ ਵੀ ਬੁੱਤ ਪ੍ਰਸਤੀ ਨੂੰ ਵਿਵਰਜਿਤ ਕਰਦੇ ਹੋ ਤੇ ਫਿਰ ਤੁਸੀਂ ਇਹਨਾਂ ਹਿੰਦੂਆਂ ਵਾਸਤੇ ਆਪਣਾ ਸੀਸ ਕਿਉਂ ਕੁਰਬਾਨ ਕਰ ਰਹੇ ਹੋ ਤੇ ਮਾਰੇ ਮਾਲਕ ਜੀ ਨੇ ਔਰੰਗਜ਼ੇਬ ਦੀ ਸਭਾ ਵਿੱਚ ਵੀ ਕਿਹਾ ਸੀ ਸਤਿਗੁਰੂ ਕਹਿਣ ਲੱਗੇ ਇਹ ਤੇਰੇ ਮਨ ਵਿੱਚ ਭੁਲੇਖਾ ਹੈ ਵੀ ਅਸੀਂ ਹਿੰਦੂਆਂ ਦੇ ਵਾਸਤੇ ਆਪਣਾ ਸੀਸ ਕੁਰਬਾਨ ਕਰਨ ਵਾਸਤੇ ਆਏ ਹਾਂ ਔਰੰਗਜ਼ੇਬ ਅਸੀਂ ਤੈਨੂੰ ਇਹ ਗੱਲ ਕਹਿ ਦਈਏ ਤੈਨੂੰ ਸਮਝਾ ਦਈਏ ਜੇ ਅੱਜ ਤੇਰੀ ਜਗ੍ਹਾ ਕੋਈ ਹਿੰਦੂ ਰਾਜਾ ਬਾਦਸ਼ਾਹ ਹਿੰਦੁਸਤਾਨ ਤੇ ਰਾਜ ਕਰਦਾ ਹੋਇਆ ਹੁੰਦਾ ਜਿਸ ਤਰ੍ਹਾਂ ਤੂੰ ਪਾਪ ਕਰ ਰਿਹਾ ਹਿੰਦੂਆਂ ਦੇ ਉੱਪਰ ਏਦਾਂ ਉਹ ਹਿੰਦੂ ਬਾਦਸ਼ਾਹ ਮੁਸਲਮਾਨਾਂ ਦੇ ਉੱਪਰ ਏਦਾਂ ਜ਼ੁਲਮ ਕਰਦਾ ਹੁੰਦਾ ਮੁਸਲਮਾਨ ਆਨੰਦਪੁਰ ਸਾਡੇ ਦਰ ਤੇ ਪਹੁੰਚ ਦੇ ਜਿਸ ਤਰ੍ਹਾਂ ਅੱਜ ਹਿੰਦੂਆਂ ਦੀ ਰਾਖੀ ਵਾਸਤੇ ਅਸੀਂ ਇਹ ਸੀਸ ਕੁਰਬਾਨ ਕਰਨ ਵਾਸਤੇ ਆਏ ਹਾਂ ਜੇ ਕਿਤੇ ਉਹ ਸਮਾਂ ਬਣਦਾ ਅਸੀਂ ਮੁਸਲਮਾਨਾਂ ਵਾਸਤੇ ਵੀ ਆਪਣਾ ਸੀਸ ਕੁਰਬਾਨ ਕਰਨ ਵਾਸਤੇ ਆ ਜਾਣਾ ਸੀ ਇਹਦਾ ਮਤਲਬ ਹੈ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਨੁੱਖਤਾ ਦੇ ਵਾਸਤੇ ਆਪਣਾ ਸੀਸ ਕੁਰਬਾਨ ਕੀਤਾ ਪਰ ਉਸ ਵੇਲੇ ਜੋ ਸਭ ਤੋਂ ਵੱਡਾ ਕਾਰਨ ਹੈ ਉਹਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ
ਕੱਲੂ ਮੈਂ ਸਾਕਾ ਪਰ ਉਸ ਵੇਲੇ ਹਿੰਦੂ ਧਰਮ ਹੀ ਖਤਰੇ ਦੇ ਵਿੱਚ ਸੀ ਔਰ ਉਹਨੂੰ ਬਚਾਉਣ ਵਾਸਤੇ ਏਡੀ ਵੱਡੀ ਕੁਰਬਾਨੀ ਕਰ ਦਿੱਤੀ ਕਿਸੇ ਦੂਸਰੇ ਦੇ ਧਰਮ ਨੂੰ ਬਚਾਉਣ ਵਾਸਤੇ ਕਿਉਂਕਿ ਇਸ ਬਾਣੀ ਵਿੱਚ ਬਚਨ ਨੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਸ ਬਾਣੀ ਵਿੱਚ ਬਚਨ ਆਏ ਨੇ ਲੋਕਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਹਰੇਕ ਦੇ ਅੰਦਰ ਉਹ ਮਾਲਕ ਰਹਿੰਦਾ ਹੈ ਹਰੇਕ ਦੇ ਅੰਦਰ ਉਸ ਮਾਲਕ ਦੀ ਜੋਤ ਵਰਤਦੀ ਹੈ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕਿਉਂਕਿ ਰਾਜਨੀਤਿਕ ਬੰਦਾ ਜਿਹੜਾ ਹੈ ਨਾ ਉਹ ਹਰੇਕ ਗੱਲ ਨੂੰ ਰਾਜਨੀਤੀ ਦੀ ਅੱਖ ਦੇ ਨਾਲ ਦੇਖਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਗਏ ਤੇ ਸਭ ਤੋਂ ਜਿਹੜਾ ਉੱਚਾ ਸਿੰਘਾਸਨ ਸੀ ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉੱਥੇ ਬੈਠਣ ਵਾਸਤੇ ਆਖਿਆ ਤੇ ਨਾਲ ਇਹ ਕਹਿ ਦਿੱਤਾ ਜਦੋਂ ਸਤਿਗੁਰੂ ਮਹਾਰਾਜ ਬੈਠੇ ਨਾ ਤੇ ਔਰੰਗਜ਼ੇਬ ਕਹਿਣ ਲੱਗਾ ਜੀ ਇਹਦੇ ਤੇ ਮੇਰੇ ਮੁਰਸ਼ਦ ਬਹਿੰਦੇ ਨੇ ਅਜਮੇਰ ਦੀ ਦਰਗਾਹ ਤੋਂ ਆ ਕੇ ਇਹਦੇ ਤੇ ਹੋਰ ਕੋਈ ਨਹੀਂ ਬਹਿ ਸਕਦਾ ਤੇ ਜਾਂ ਅੱਜ ਤੁਸੀਂ ਬੈਠੇ ਹੋ। ਰਾਜਨੀਤਿਕ ਪੱਖ ਵਡਿਆਈ ਕਰਨਾ ਚਾਹੁੰਦਾ ਸੀ ਕਿਉਂਕਿ ਬੰਦਾ ਕਿਸੇ ਵੀ ਮੰਜ਼ਿਲ ਨੂੰ ਸਰ ਕਰ ਜਾਵੇ ਪਿਆਰਿਓ ਆਪਣੀ ਵਡਿਆਈ ਦੀ ਮੰਜ਼ਿਲ ਨੂੰ ਸਰ ਕਰਨਾ ਅਧੂਰੇ ਤੇ ਖਾਲੀ ਹਿਰਦੇ ਵਾਲੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਪਰ ਇਹ ਤੇ ਪੂਰਨ ਸਤਿਗੁਰੂ ਨੇ ਇਹਨਾਂ ਦੇ ਤੇ ਸਿੱਖ ਜਿਹੜੇ ਨੇ ਉਹ ਵੀ ਇਹਨਾਂ ਹੱਦਾਂ ਨੂੰ ਟੱਪ ਗਏ ਤੇ ਉਸ ਵੇਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਤੂੰ ਸਾਨੂੰ ਆਪਣੀ ਸਭਾ ਦੇ ਵਿੱਚ ਸਭ ਨਾਲੋਂ ਉੱਚੀ ਜਗ੍ਹਾ ਤੇ ਬਿਠਾਇਆ ਹੈ ਇਹਦੇ ਨਾਲ ਸਾਡੇ ਮਨ ਨੂੰ ਕੋਈ ਫਰਕ ਨਹੀਂ ਪਿਆ ਤੇ ਜੇ ਤੂੰ ਆਪਣੀ ਸਭਾ ਦੇ ਵਿੱਚ ਸਭ ਤੋਂ ਨੀਵਾਂ ਸਾਡਾ ਸਿੰਘਾਸਨ ਲਾ ਦਿੰਨੋ ਤੇ ਸਾਡੇ ਮਨ ਵਿੱਚ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਬਾਣੀ ਦੇ ਵਿੱਚ ਬਚਨ ਕੀਤੇ ਨੇ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਜਿਹੜਾ ਅੰਦਰੋਂ ਪੂਰਾ ਹੋ ਜਾਂਦਾ ਏ ਸੰਸਾਰ ਦੀ ਵਡਿਆਈ ਉਹਨੂੰ ਵਧਾ ਨਹੀਂ ਸਕਦੀ ਤੇ ਸੰਸਾਰ ਦੀ ਨਿੰਦਿਆ ਉਹਨੂੰ ਘਟਾ ਨਹੀਂ ਸਕਦੀ ਜਿਹੜਾ ਅੰਦਰੋਂ ਸੰਪੂਰਨ ਹੋ ਜਾਵੇ। ਜਿੰਨਾ ਚਿਰ ਬੰਦਾ ਖਾਲੀ ਹੈ ਨਾ ਉਤਨਾ ਚਿਰ ਉਹਨੂੰ ਵਡਿਆਈ ਦੇ ਨਾਲ ਵੀ ਫਰਕ ਪੈਂਦਾ ਏ। ਚਾਰ ਬੰਦਿਆਂ ਨੇ ਵਾਹ ਵਾਹ ਕਰਤੀ ਤੇ ਧਰਤੀ ਤੋਂ ਗਿੱਠਕ ਪੈਰ ਉੱਚੇ ਹੋ ਗਏ ਉੱਚਾ ਤੁਰਨ ਲੱਗ ਪਿਆ। ਸਿੱਧੀ ਜੀ ਭਾਸ਼ਾ ਚ ਕਹਿ ਲਈਏ ਵੀ ਠੂਮ ਫੜਕ ਵੱਧ ਗਿਆ ਤੇ ਜੇ ਚੌਵਾਂ ਬੰਦਿਆਂ ਨੇ ਕਹਿ ਦਿੱਤਾ ਵੀ ਇਹ ਨਹੀਂ ਪਸੰਦ ਤੇ ਉਸੇ ਵੇਲੇ ਮਨ ਦੇ ਵਿੱਚ ਗਲਾਨੀ ਆ ਗਈ ਉਸੇ ਵੱਲ ਮਨ ਜਿਹੜਾ ਹੈ ਉਹ ਚਿੰਤਾ ਚ ਚਲਿਆ ਗਿਆ। ਪਰ ਜਿਹੜੇ ਅੰਦਰੋਂ ਪੂਰੇ ਨੇ ਸੰਸਾਰ ਦੀ ਨਿੰਦਿਆ ਤੇ ਸੰਸਾਰ ਦੀ ਵਡਿਆਈ ਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਜੇ ਪੈਂਦਾ ਤੇ ਮਾਲਕ ਜੀ ਨੇ ਕਿਹਾ ਸਤਿਗੁਰੂ ਕਹਿਣ ਲੱਗੇ ਜੇ ਸਭ ਤੋਂ ਨੀਵਾਂ ਸਾਡਾ ਸਿੰਘਾਸਨ ਸਾਡੀ ਬੈਠਣ ਦੀ ਜਗ੍ਹਾ ਬਣਾ ਦਿੰਨੋ ਤੇ ਸਾਨੂੰ ਉਦੋਂ ਵੀ ਕੋਈ ਫਰਕ ਨਹੀਂ ਸੀ ਪੈਣਾ ਤੇ ਇਸ ਉੱਚੇ ਸਿੰਘਾਸਨ ਤੇ ਬਹਿ ਕੇ ਵੀ ਸਾਡੇ ਮਨ ਨੂੰ ਕੋਈ ਫਰਕ ਨਹੀਂ। ਤੇ ਔਰੰਗਜ਼ੇਬ ਕਹਿਣ ਲੱਗਾ ਮੈਂ ਤੁਹਾਨੂੰ ਚਾਹੁੰਦਾ ਹੈ ਵੀ ਹਿੰਦੁਸਤਾਨ ਦੀ ਪੀਰਾਨ ਪੀਰ ਪਦਵੀ ਦੇ ਦਿਆਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਭੋਲਿਆ ਪੀਰਾਨ ਪੀਰ ਪਦਵੀ ਗੁਰੂ ਨਾਨਕ ਦੀ ਗੁਰਤਾ ਦੇ ਅੱਗੇ ਕੀ ਅਹਿਮੀਅਤ ਰੱਖਦੀ ਹੈ। ਵੱਡੇ ਵੱਡੇ ਪੀਰ ਗੁਰੂ ਨਾਨਕ ਦੇ ਚਰਨਾਂ ਵਿੱਚ ਡਿੱਗੇ ਨੇ ਆ ਕੇ। ਭਾਈ ਗੁਰਦਾਸ ਜੀ ਦੇ ਵੀ ਬਚਨ ਨੇ ਨਾ ਵੀ ਗੁਰੂ ਨਾਨਕ ਦੇ ਚਰਨਾਂ ਦੀਆਂ ਪ੍ਰਕਰਮਾਂ ਮੱਕੇ ਨੇ ਕੀਤੀਆਂ ਮੱਕੇ ਨੇ ਭਾਵੇਂ ਕੋਈ ਸ਼ੰਕਾ ਕਰੇ ਜੋ ਮਰਜ਼ੀ ਕਰਦਾ ਫਿਰੇ ਸੱਚ ਸੱਚ ਵੈ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀਆਂ ਖੜਾਵਾਂ ਦੀ ਪੂਜਾ ਭਾਈ ਗੁਰਦਾਸ ਜੀ ਕਹਿੰਦੇ ਨੇ ਮੱਕੇ ਦੇ ਅੰਦਰ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਕਈ ਬੜਾ ਤਰੋੜ ਮਰੋੜ ਕੇ ਇਹਨਾਂ ਗੱਲਾਂ ਤੋਂ ਸਾਨੂੰ ਤੋੜਨ ਦਾ ਯਤਨ ਕਰਦੇ ਨੇ। ਮੈਂ ਪਹਿਲੋਂ ਬੇਨਤੀ ਕਰਦਿਆਂ ਆਪਾਂ ਇਸ ਬੰਨੇ ਨਹੀਂ ਜਾਣਾ, ਆਪਾਂ ਲਾਹਾ ਖੱਟਣ ਵਾਸਤੇ ਆਏ ਹਾਂ, ਆਪਾਂ ਇੱਥੇ ਝੋਲੀ ਭਰਨ ਵਾਸਤੇ ਆਏ ਹਾਂ। ਅੱਜ ਉਹ ਜੁੜੇ ਹਾਂ ਨਾ, ਨਾਮ ਦਾ ਧਨ ਆਪਾਂ ਇਕੱਤਰ ਕਰਕੇ ਖੜਨਾ ਕਿਉਂਕਿ ਸੰਗਤ ਦੇ ਵਿੱਚੋਂ
ਜੋ ਰਹਿਮਤਾਂ ਮਿਲਦੀਆਂ ਨੇ ਨਾ ਸੰਗਤ ਬੜੀ ਮਹਾਨ ਹੈ ਸੰਗਤ ਦੇ ਵਿੱਚੋਂ ਜੋ ਬਖਸ਼ਿਸ਼ਾਂ ਹੁੰਦੀਆਂ ਨੇ ਅੱਗੇ ਬੇਨਤੀ ਕਰ ਦਿੱਤੀ ਮਾਲਕ ਦੀ ਪਾਵਨ ਬਾਣੀ ਦੇ ਬਚਨ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਜੇ ਰੱਬ ਲੱਭਣਾ ਹੋਵੇ ਜੇ ਪਰਮਾਤਮਾ ਨੂੰ ਮਿਲਣਾ ਹੋਵੇ ਤੇ ਪਿਆਰਿਆ ਸਤ ਸੰਗਤ ਵਿੱਚ ਆ ਜਿਆ ਕਰ ਰੱਬ ਸਤ ਸੰਗਤ ਵਿੱਚ ਰਹਿੰਦਾ ਹੀ ਹੋ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਥਾ ਕਰਦੇ ਕਹਿੰਦੇ ਹੁੰਦੇ ਸਨ ਵੀ ਜਿਸ ਤਰ੍ਹਾਂ ਡੀਸੀ ਜਾਂ ਕੋਈ ਵੀ ਅਫਸਰ ਜਿਹੜਾ ਹੈ ਉਹਨੂੰ ਜੇ ਆਪਾਂ ਉਦਾਂ ਮਿਲਣਾ ਹੋਵੇ ਤੇ ਬੜਾ ਔਖਾ ਹੋ ਜਾਂਦਾ ਹੈ ਜੇ ਨਾ ਜਾਣ ਪਛਾਣ ਹੋਵੇ ਵਿੱਚ ਕੋਈ ਨਾ ਹੋਵੇ ਵਿਚੋਲਾ ਪਰ ਜਦੋਂ ਦਫ਼ਤਰ ਦੇ ਵਿੱਚ ਬੈਠਾ ਹੁੰਦਾ ਹੈ ਦਫ਼ਤਰ ਦੇ ਵਿੱਚ ਉਦੋਂ ਉਹਦੀ ਡਿਊਟੀ ਹੁੰਦੀ ਹੈ ਲੋਕਾਂ ਦੇ ਕੰਮ ਕਰਨ ਵਾਸਤੇ ਤੇ ਜਿਹੜੇ ਸਿਮਰਨ ਦੀ ਬਰਕਤ ਦੇ ਨਾਲ ਬੰਦਗੀ ਦੀ ਬਰਕਤ ਦੇ ਨਾਲ ਉਸ ਮਾਲਕ ਤੱਕ ਪਹੁੰਚ ਗਏ ਨੇ ਰਾਜਾਨ ਰਾਜ ਪਾਨਹਾਨ ਪਾਨ ਦੇਵਾਨ ਦੇਵ ਉਪਮਾ ਸਰੂਪ ਸਤਿਗੁਰੂ ਉਸ ਵਾਹਿਗੁਰੂ ਦੇ ਨਾਲ ਉਹ ਤੇ ਜਦੋਂ ਮਰਜ਼ੀ ਉਹਦੀਆਂ ਬਖਸ਼ਿਸ਼ਾਂ ਵਰਤ ਲੈਂਦੇ ਨੇ ਜਿਨ੍ਹੇ ਅਜੇ ਤੱਕ ਬਖਸ਼ਿਸ਼ ਨਹੀਂ ਪ੍ਰਾਪਤ ਕੀਤੀ ਉਹ ਇਸ ਸਤ ਸੰਗਤ ਰੂਪੀ ਦਫ਼ਤਰ ਵਿੱਚ ਆ ਜਾਇਆ ਕਰੋ ਜਦੋਂ ਸੰਗਤ ਸੱਜਦੀ ਹੈ ਨਾ ਉਦੋਂ ਫਿਰ ਅਫਸਰਾਂ ਦਾ ਵੀ ਅਫਸਰ ਰਾਜਿਆਂ ਦੇ ਵੀ ਰਾਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਫਿਰ ਸਾਡੇ ਕਾਰਜ ਕਰਨ ਵਾਸਤੇ ਬੈਠਦੇ ਕੇਵਲ ਇੱਕ ਸਮਝਾਉਣ ਦਾ ਤਰੀਕਾ ਕੇਵਲ ਅਸੀਂ ਜੁੜ ਜਾਈਏ ਮਾਲਕ ਦੇ ਨਾਲ ਸਾਡੀ ਸਮਝ ਵਿੱਚ ਗੱਲ ਪੈ ਜਾਵੇ ਬਸ ਇੱਕ ਤਰੀਕਾ ਵਰਤਿਆ ਏ ਉਦਾਂ ਮਾਲਕ ਹਰੇਕ ਜਗ੍ਹਾ ਤੇ ਮੌਜੂਦ ਹੈ ਜਿੱਥੇ ਵੀ ਕੋਈ ਯਾਦ ਕਰੇ ਨਾ ਉਹਨੂੰ ਉੱਥੇ ਹੀ ਉਹ ਸਹਾਇਤਾ ਕਰਦਾ ਹੈ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਜਿੱਥੇ ਵੀ ਉਹਨੂੰ ਯਾਦ ਕਰੀਏ ਬਾਹਰ ਕੁਝ ਨੌਜਵਾਨ ਗੱਲਾਂ ਬਾਤਾਂ ਕਰ ਰਹੇ ਨੇ ਕੁਝ ਤੇ ਪਿੱਠ ਕਰਕੇ ਖਲੋਤੇ ਨੇ ਮੈਂ ਉਹਨਾਂ ਦੇ ਚਰਨਾਂ ਵਿੱਚ ਵੀ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਬੇਨਤੀ ਕਰਦਾ ਪਿਆਰਿਓ ਇਹ ਨਾਮ ਦੀ ਗੰਗਾ ਵਗ ਰਹੀ ਹੈ ਕਰ ਲਓ ਇਸ਼ਨਾਨ ਮੁੜ ਕੇ ਨਹੀਂ ਜੇ ਪਤਾ ਨਹੀਂ ਸਮਾਂ ਮਿਲੇ ਕਿ ਨਾ ਮਿਲੇ ਇਸ ਪੰਡਾਲ ਦੇ ਅੰਦਰ ਨਾਮ ਅੰਮ੍ਰਿਤ ਦਾ ਮੀਂਹ ਪੈ ਰਿਹਾ ਹੈ ਭਿੱਜ ਜੋ ਆ ਕੇ ਤੁਸੀਂ ਵੀ ਸਾਚ ਨਾਮ ਕੀ ਅੰਮ੍ਰਿਤ ਵਰਖਾ ਸੱਚੇ ਨਾਮ ਦੀ ਅੰਮ੍ਰਿਤ ਰੂਪੀ ਵਰਖਾ ਹੋ ਰਹੀ ਹੈ ਇਹ ਸੰਸਾਰ ਦੀਆਂ ਗੱਲਾਂ ਇਹ ਤੇ ਅੱਜ ਤੱਕ ਕਿਸੇ ਕੋਲੋਂ ਪੂਰੀਆਂ ਨਹੀਂ ਜੇ ਹੋਈਆਂ ਇਸ ਕਰਕੇ ਬੇਨਤੀ ਹੈ ਇਕਾਗਰਤਾ ਬਖਸ਼ੋ ਬੜੇ ਪ੍ਰੇਮ ਦੇ ਨਾਲ ਆ ਕੇ ਬੈਠੋ ਨਹੀਂ ਦਿਲ ਕਰਦਾ ਤੇ ਕੋਈ ਨਹੀਂ ਮਜਬੂਰੀ ਵਾਲੀ ਵੀ ਕੋਈ ਗੱਲ ਨਹੀਂ ਇੱਥੇ ਧੱਕੇ ਵਾਲੀ ਵੀ ਕੋਈ ਗੱਲ ਨਹੀਂ ਪਰ ਬੇਨਤੀ ਹੈ ਸਤਿਗੁਰੂ ਰਹਿਮਤ ਕਰਨ ਕਿਰਪਾ ਕਰਨ ਇੱਥੇ ਬੈਠਿਆਂ ਹੋਇਆਂ ਜਿਹੜਾ ਸਮਾਂ ਲੰਘ ਗਿਆ ਨਾ ਉਹ ਮਾਲਕ ਦੇ ਦਰ ਤੇ ਪ੍ਰਵਾਨ ਚੜ੍ਹ ਜਾਣਾ ਤੇ ਮਾਲਕ ਜੀ ਨੇ ਕਿਹਾ ਸਤਿਗੁਰੂ ਕਹਿਣ ਲੱਗੇ ਔਰੰਗਜ਼ੇਬ ਤੂੰ ਕੀ ਪੀਰਾਨ ਪੀਰ ਪਦਵੀ ਸਾਨੂੰ ਦੇਵੇਂਗਾ ਗੁਰੂ ਨਾਨਕ ਦੀ ਗੱਦੀ ਜਿਹੜੀ ਹੈ ਗੁਰੂ ਨਾਨਕ ਦੀ ਗੁਰਤਾ ਜਿਹੜੀ ਹੈ ਪੀਰਾਨ ਪੀਰ ਪਦਵੀਆਂ ਤੇ ਬੈਠਣ ਵਾਲੇ ਲੋਕ ਜਿਨ੍ਹਾਂ ਨੂੰ ਤੁਹਾਡੇ ਲੋਕ ਪੀਰਾਨ ਪੀਰ ਕਹਿੰਦੇ ਸਨ ਉਹ ਵੀ ਲੋਕ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਡਿੱਗੇ ਨੇ ਔਰ ਫਿਰ ਔਰੰਗਜ਼ੇਬ ਕਹਿਣ ਲੱਗਾ ਹਿੰਦੂ ਮਤ ਕੱਚਾ ਹੈ ਮੈਂ ਇਹਨਾਂ ਨੂੰ ਇਸਲਾਮ ਵਿੱਚ ਲਿਆ ਕੇ ਪੱਕਿਆਂ ਕਰਨਾ ਚਾਹੁੰਦਾ ਇਹ ਕਾਫਰ ਨੇ ਇਹ ਦੋਜਕਾਂ ਵਿੱਚ ਜਾਣਗੇ ਦੋਜਕ ਮਤਲਬ ਨਰਕਾਂ ਦੇ ਵਿੱਚ ਜਾਣਗੇ ਮੈਂ ਇਹਨਾਂ ਨੂੰ ਬਹਿਸ਼ਤਾਂ ਦੇ ਵਿੱਚ ਖੜਨਾ ਚਾਹੁੰਦਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਤੂੰ ਦੱਸ ਕਿਹੜਾ ਤੇਰੇ ਕੋਲ ਅੱਲਾ ਦਾ ਪਰਨੋਟ ਹੈ ਵੀ ਜਿਸ ਪਰਨੋਟ ਦੇ ਤਹਿਤ ਤੂੰ ਇਹਨਾਂ ਨੂੰ ਇਸਲਾਮ ਵਿੱਚ ਲਿਆ ਕੇ ਤੇ ਬਹਿਸ਼ਤਾਂ ਨੂੰ ਖੜ ਰਿਹਾ ਹੈ ਕਿੱਥੇ ਲਿਖਿਆ ਹੈ ਦੱਸ ਖੁਦਾ ਦੇ ਘਰ ਵਿੱਚੋਂ ਕਿਹੜੀ ਆਵਾਜ਼ ਆਉਂਦੀ ਹੈ ਵੀ ਧੱਕੇ ਨਾਲ ਜ਼ੁਰਮ ਦੇ ਨਾਲ ਪਾਪ ਦੇ ਨਾਲ ਜ਼ਬਰ ਦੇ ਨਾਲ ਤੂੰ ਕਿਸੇ ਨੂੰ ਮੁਸਲਮਾਨ ਬਣਾਵੇ ਤੇ ਉਹ ਬਹਿਸ਼ਤਾਂ ਨੂੰ ਜਾਵੇਗਾ ਦੱਸ ਕਿੱਥੇ ਹੈ ਕੋਈ ਗੱਲ ਨਹੀਂ ਆਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਕੁਰਬਾਨੀ ਕਰਕੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਵੀ ਉਹੀਓ ਲੋਕ ਇਸ ਸੰਸਾਰ ਦੇ ਵਿੱਚ ਪ੍ਰਵਾਨ ਨੇ ਜਿਹੜੇ ਕਿਸੇ ਦੀ ਖਾਤਰ ਕਿਸੇ ਨੂੰ ਸੁੱਖ ਦਾ ਸਾਹ ਮਿਲ ਸਕੇ
ਕੋਈ ਆਜ਼ਾਦੀ ਦੇ ਸਾਹ ਲੈ ਸਕੇ ਜਿਹੜਾ ਕਿਸੇ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਤੇ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬਚਨ, ਜਿਸ ਅੰਮ੍ਰਿਤ ਬਾਣੀ ਦੇ ਬੋਲ, ਜਿਹਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਉਪਦੇਸ਼ ਮਿਲਦਾ ਹੈ। ਮਹਾਰਾਜ ਕਹਿੰਦੇ, ਤੈਰੇ ਨਰ ਇਹ ਸਾਚੀ ਜੀਅਤ ਧਾਰ। ਬੰਦਿਆ, ਆਪਣੇ ਮਨ ਵਿੱਚ ਇਸ ਗੱਲ ਨੂੰ ਸੱਚੀ ਜਾਣ ਕੇ ਧਾਰਨ ਕਰ ਲੈ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਆ ਜਿਹੜਾ ਸੰਸਾਰ ਤੈਨੂੰ ਤੇਰੀਆਂ ਅੱਖਾਂ ਦੇ ਨਾਲ ਦੀਦਾ ਹੈ ਨਾ, ਤੇਰਾ ਆਪਣਾ ਪਰਿਵਾਰ, ਤੇਰਾ ਆਪਣਾ ਸਰੀਰ ਜਿਹੜਾ ਏ, ਇਹ ਸੁਪਨੇ ਵਰਗਾ ਏ। ਤੇ ਸੁਪਨਾ ਕਦੀ ਸੱਚ ਨਹੀਂ ਹੁੰਦਾ। ਸੁਪਨੇ ਦਾ ਵਜੂਦ ਓਨਾ ਚਿਰ ਹੈ ਜਿੰਨਾ ਚਿਰ ਬੰਦਾ ਸੁੱਤਾ ਏ। ਤੇ ਜਦੋਂ ਅੱਖ ਖੁੱਲ ਗਈ, ਜਦੋਂ ਜਾਗ ਆ ਗਈ, ਅੱਖ ਖੁੱਲਦਿਆਂ ਸੁਪਨੇ ਵਾਲੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਤੇ ਜਿਸ ਵੇਲੇ ਮੌਤ ਨੇ ਆ ਕੇ ਚਲਕਾਰਾ ਦਿੱਤਾ, ਜਦੋਂ ਮੌਤ ਨੇ ਆਪਣਾ ਮੂੰਹ ਵਿਖਾਇਆ, ਜਿਹੜੇ ਸੰਸਾਰ ਨੂੰ, ਜਿਹੜੇ ਪਰਿਵਾਰ ਨੂੰ, ਜਿਹੜੇ ਤੂੰ ਆਪਣੇ ਸਰੀਰ ਨੂੰ ਸੱਚ ਮੰਨ ਕੇ ਬੈਠਾ ਏ, ਇਹ ਸੁਪਨਾ ਤੇਰਾ ਉਸੇ ਵੇਲੇ ਟੁੱਟ ਜਾਣਾ ਹੈ। ਇਹਨੂੰ ਸੁਪਨੇ ਵਰਗਾ ਜਾਣ ਲੈ। ਤੇ ਸੰਸਾਰ ਦੀ ਜਿਹੜੀ ਮਾਇਆ ਹੈ ਨਾ, ਮਾਇਆ ਦੇ ਪਦਾਰਥ ਜਿਹੜੇ ਨੇ, ਇਹਨਾਂ ਨੂੰ ਰੇਤ ਦੀ ਬਣੀ ਹੋਈ ਕੰਧ ਵਾਂਗਰਾਂ ਜਾਣ ਲੈ। ਬਾਰੂ ਭੀਤ ਬਣਾਈ ਰਚ ਪਚ, ਰੇਤ ਦੀ ਕੱਲੀ ਕੰਧ ਜਿੰਨੀ ਮਰਜ਼ੀ ਲਿੰਬ ਪੋਚ ਕੇ ਬਣਾਈ ਹੋਵੇ, ਬਹੁਤਾ ਸਮਾਂ ਨਹੀਂ ਕੱਢਦੀ। ਹਵਾ ਦਾ ਹੀ ਝਕੋਲਾ ਹੀ ਵੱਜ ਜੇ ਤਾਂ ਵੀ ਖੇਰੂ ਖੇਰੂ ਹੋ ਜਾਂਦੀ ਹੈ। ਤੇ ਮਹਾਰਾਜ ਕਹਿੰਦੇ, ਤੈਸੇ ਹੀ ਇਹ ਸੁੱਖ ਮਾਇਆ ਕੇ ਉਰਜਿਓ ਕਹਾਂ ਗਵਾਰ। ਆ ਜਿਹੜੇ ਮਾਇਆ ਦੇ ਸੁੱਖ ਨੇ ਨਾ, ਇਹ ਵੀ ਰੇਤ ਦੀ ਕੱਚੀ ਕੰਧ ਦੇ ਵਾਂਗਰਾਂ ਪਤਾ ਨਹੀਂ ਕਦੋਂ ਢਹਿ ਜਾਣੇ ਨੇ, ਤੇਰੇ ਹੱਥੋਂ ਕਦੋਂ ਚਲੇ ਜਾਣੇ। ਆਪਾਂ ਦੇਖ ਰਹੇ ਹਾਂ ਅੱਜ ਅਰਬਾਂ ਦੇ ਘੁਟਾਲੇ ਕਰਨ ਵਾਲੇ ਲੋਕ, ਅਰਬਾਂ ਦੀਆਂ ਸੰਪਤੀਆਂ ਇਕੱਠੀਆਂ ਕਰਨ ਵਾਲੇ ਲੋਕ, ਅਰਬਾਂ ਦੀਆਂ ਜਾਇਦਾਦਾਂ ਫੋਰਨ ਕੰਟਰੀਆਂ ਦੇ ਵਿੱਚ ਬਣਾਉਣ ਵਾਲੇ ਲੋਕ ਅੱਜ ਵੀ ਭੁੱਖੇ ਜੇ, ਅੱਜ ਵੀ ਜਨਤਾ ਦਾ ਖੂਨ ਨਿਚੋੜ ਰਹੇ ਨੇ, ਗਰੀਬ ਜਨਤਾ ਦਾ ਖੂਨ ਪੀ ਰਹੇ ਨੇ, ਚੂਸ ਰਹੇ ਨੇ, ਅੱਜ ਵੀ ਉਹਨਾਂ ਦਾ ਢਿੱਡ ਨਹੀਂ ਭਰਿਆ। ਤੇ ਭਗਤ ਰਵਿਦਾਸ ਵਰਗੇ ਜੀਵਨ ਪੜੀਏ। ਤੇ ਕਈ ਵਾਰੀ ਪਰਿਵਾਰ ਜਿਹੜਾ ਹੈ ਰਾਤ ਨੂੰ ਪ੍ਰਸ਼ਾਦਾ ਛਕਣ ਤੋਂ ਬਿਨਾਂ ਸੌ ਜਾਂਦਾ ਹੈ। ਜੀਵਨ ਪੜੋ ਕਿਤੇ, ਇੰਨੀ ਗਰੀਬੀ ਹੈ। ਪਰ ਸਿਮਰਨ ਦੀ ਸ਼ਕਤੀ ਦੇਖੋ, ਨਾਮ ਦਾ ਪ੍ਰਤਾਪ ਦੇਖੋ। ਉਸ ਭਗਤ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਰਾਈ ਜਿੰਨੀ ਵੀ ਹੇਰਾ ਫੇਰੀ ਨਹੀਂ ਕੀਤੀ, ਸਿਦਕ ਦੇ ਵਿੱਚ ਆਪਣੇ ਜੀਵਨ ਨੂੰ ਜੀਓਇਆ। ਤਾਂਹੀਓ ਮੇਰੇ ਮਾਲਕ ਕਹਿੰਦੇ, ਕੋਈ ਮਾਇਆ ਨਾਲ ਨਹੀਂ ਰੱਜ ਸਕਦਾ, ਕੋਈ ਪਦਾਰਥਾਂ ਨਾਲ ਨਹੀਂ ਰੱਜ ਸਕਦਾ। ਕਿਹਦੇ ਨਾਲ ਰੱਜੇਗਾ? ਜਦੋਂ ਵੀ ਬੰਦਾ ਰੱਜੇਗਾ, ਸੰਤੋਖ ਦੇ ਨਾਲ ਰੱਜੇਗਾ। ਬਿਨਾਂ ਸੰਤੋਖ ਨਹੀਂ ਕੋ ਰੱਜੈ, ਸੰਤੋਖ ਤੋਂ ਬਿਨਾਂ ਕੋਈ ਨਹੀਂ ਰੱਜਦਾ। ਤੇ ਸੰਤੋਖ ਨਾਮ ਦੇ ਵਿੱਚੋਂ ਪੈਦਾ ਹੁੰਦਾ ਜੀ ਪਿਆਰਿਓ। ਨਾਮ ਦੁੱਧ ਹੈ, ਤੇ ਦੁੱਧ ਦੇ ਵਿੱਚੋਂ ਭਾਵੇਂ ਮਠਿਆਈ ਬਣਾ ਲਓ, ਭਾਵੇਂ ਲੱਸੀ ਬਣਾ ਲਓ, ਭਾਵੇਂ ਦਹੀਂ ਬਣਾ ਲਓ, ਭਾਵੇਂ ਤਰ੍ਹਾਂ ਤਰ੍ਹਾਂ ਦੀਆਂ ਵਰਾਇਟੀਆਂ ਤਿਆਰ ਕਰਕੇ ਭੋਜਨ ਬਣਾ ਲਓ, ਨਾਮ ਮਿਲ ਗਿਆ, ਇਹਦੇ ਵਿੱਚ ਸਾਰੇ ਹੀ ਗੁਣ ਆ ਜਾਣੇ ਨੇ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੇ, ਜੋ ਹਰ ਹਿਰਦੈ ਸਦਾ ਵਸਾਏ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਅਜੂ ਸਮਝ ਕਛ ਬਿਗੜਿਓ ਨਾਹਿਨ, ਭੱਜ ਲੇ ਨਾਮ ਮੁਰਾਰ। ਤੇਰੇ ਸਰੀਰ ਦੇ ਵਿੱਚ ਸਾਹਾਂ ਦੀ ਹਰਕਤ ਜਾਰੀ ਹੈ ਨਾ, ਤੇਰੇ ਪ੍ਰਾਣ ਚੱਲਦੇ ਨੇ ਨਾ, ਤੇ ਆਪਣੇ ਇੱਕ ਇੱਕ ਸਵਾਸ ਦੇ ਨਾਲ, ਇੱਕ ਇੱਕ ਦਮ ਦੇ ਨਾਲ ਵਾਹਿਗੁਰੂ 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 ਉਚਾਰਨ ਕਰਿਆ ਕਰ। ਅਜੇ ਕੁਝ ਨਹੀਂ ਉਹ ਵਿਗੜਿਆ, ਇੱਕ ਕਿਣਕਾ ਵੀ ਨਾਮ ਦਾ ਤੇਰੇ ਅੰਦਰ ਕਿਤੇ ਵਸ ਗਿਆ, ਤੇ ਉਹਦੀ ਮਹਿਮਾ ਮੁੜ ਕੇ ਸੰਸਾਰ ਕੋਲੋਂ ਗਈ ਨਹੀਂ ਹੋ ਜਾਣੀ। ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਤੇ ਆਓ ਬੜੇ ਪਿਆਰ ਦੇ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਬਚਨ, ਅਜੂ ਸਮਝ ਪਿਆਰਿਆ, ਅਜੇ ਵੀ ਸਮਝ ਜਾ, ਕਛ ਬਿਗੜਿਓ ਨਾਹਿਨ, ਅਜੇ ਕੁਝ ਨਹੀਂ ਉਹ ਵਿਗੜਿਆ। ਤੂੰ ਸੰਗਤ ਵਿੱਚ ਆਉਣਾ ਹੈ ਨਾ, ਤੇ ਸੰਗਤ ਵਿੱਚੋਂ ਤੈਨੂੰ ਨਾਮ ਦਾ ਉਪਦੇਸ਼ ਮਿਲਦਾ ਏ,
ਤੇ ਨਾਮ ਦਾ ਉਪਦੇਸ਼ ਮਿਲਦੇ ਆ ਬੰਦਗੀ ਆਰੰਭ ਕਰਦੇ ਅਜੂ ਸਮਝ ਕਸ਼ ਵਿਗੜਿਓ ਨਾਹੀਂ ਕੁਝ ਨਹੀਂ ਵਿਗੜਿਆ ਜੀ ਤੇ ਆਓ ਬੜੇ ਪਿਆਰ ਦੇ ਨਾਲ ਬੜੀ ਭਾਵਨਾ ਦੇ ਨਾਲ ਅੰਦਰੋਂ ਜੁੜ ਕੇ ਸਾਰੇ ਕੋਈ ਰਸਨਾ ਵਾਂਝੀ ਨਾ ਰਵੇ ਆਪਾਂ ਸਾਰੇ ਕੀਰਤਨੀ ਹੈ ਇਹ ਨਹੀਂ ਵੀ ਜਿਹੜੇ ਅਸੀਂ ਚਾਰ ਪੰਜ ਸੱਤ ਦਸ ਜਾਣੇ ਸਟੇਜ ਤੇ ਬੈਠੇ ਅਸੀਂ ਇਕੱਲੇ ਕੀਰਤਨੀਏ ਆ ਉਹ ਹਰੇਕ ਹੀ ਕੀਰਤਨੀਆਂ ਹੈ ਜਿਹੜਾ ਗੁਰੂ ਨਾਨਕ ਦੀ ਬਾਣੀ ਨੂੰ ਗਾਉਂਦਾ ਹੈ ਭਾਵੇਂ ਉਹ ਪੱਠਾ ਪੱਠੇ ਵੱਢਦਾ ਗਾਵੇ ਭਾਵੇਂ ਉਹ ਦੁਕਾਨ ਦੇ ਵਿੱਚ ਬੈਠਾ ਹੋਇਆ ਸੌਦਾ ਤੋਲਦਾ ਹੋਇਆ ਗਾਵੇ ਭਾਵੇਂ ਉਹ ਬੀਬੀਆਂ ਭਾਂਡੇ ਮਾਂਜਦੀਆਂ ਘਰ ਵਿੱਚ ਬਾਣੀ ਨੂੰ ਗਾਉਣ ਪ੍ਰਸ਼ਾਦਾ ਪਕਾਉਂਦੀਆਂ ਹੋਈਆਂ ਗਾਉਣ ਆਪਣੇ ਘਰ ਦਾ ਕੰਮ ਧੰਦਾ ਕਰਦੀਆਂ ਹੋਈਆਂ ਗਾਉਣ ਜਦੋਂ ਕੋਈ ਗੁਰੂ ਨਾਨਕ ਦੀ ਬਾਣੀ ਨੂੰ ਗਾਉਂਦਾ ਉਹ ਗੁਰੂ ਨਾਨਕ ਦਾ ਕੀਰਤਨੀਆਂ ਹੈ ਕੀਰਤਨੀਆਂ ਕੀਰਤਨੀਆਂ ਕਿਸੇ ਖਾਸ ਪਹਿਰਾਵੇ ਵਾਲੇ ਲੋਕਾਂ ਦੇ ਨਾਮ ਨਾਲ ਨਹੀਂ ਜੁੜਿਆ ਕੀਰਤਨੀਆਂ ਕੇਵਲ ਸਟੇਜਾਂ ਤੇ ਕੀਰਤਨ ਕਰਨ ਵਾਲੇ ਉਹ ਵੀ ਨੇ ਪਰ ਇਕੱਲੇ ਉਹੀਓ ਹੀ ਨਹੀਂ ਜਿਹੜਾ ਜਿਹੜਾ ਵੀ ਮਾਲਕ ਦੀ ਬਾਣੀ ਨੂੰ ਗਾਉਂਦਾ ਹੈ ਜਿਹੜਾ ਜਿਹੜਾ ਵੀ ਸਿਮਰਨ ਕਰਦਾ ਹੈ ਮੈਂ ਤੇ ਇੱਥੋਂ ਤੱਕ ਬੇਨਤੀ ਕਰਦਾ ਹੈ ਵੀ ਕੀਰਤਨੀਏ ਬਣਨ ਵਾਸਤੇ ਇਹ ਸਾਜ ਸਿੱਖਣ ਦੀ ਵੀ ਕੋਈ ਲੋੜ ਨਹੀਂ ਕੀਰਤ ਗੁਰੂ ਨਾਨਕ ਦੇ ਕੀਰਤਨੀਏ ਬਣਨ ਵਾਸਤੇ ਪ੍ਰੀਤ ਦੀ ਲੋੜ ਜੇ ਪ੍ਰੇਮ ਦੀ ਲੋੜ ਜੇ ਬਸ ਜਿਹਦੇ ਅੰਦਰ ਪ੍ਰੇਮ ਬਣ ਗਿਆ ਜਿਹਨੇ ਗੁਰੂ ਨਾਨਕ ਦੀ ਬਾਣੀ ਨੂੰ ਪ੍ਰੇਮ ਨਾਲ ਗਾ ਲਿਆ ਉਹਨੇ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਚੜ ਜਾਣਾ ਤੇ ਜੇ ਅੰਦਰੋਂ ਪ੍ਰੇਮ ਨਹੀਂ ਜਿੰਨੀਆਂ ਮਰਜ਼ੀ ਵਧੀਆ ਸੁਰਾਂ ਲਾਈ ਜਾਓ ਵਧੀਆ ਤੋਂ ਵਧੀਆ ਅਲਾਪ ਕਰੀ ਜਾਓ ਵਧੀਆ ਤੋਂ ਵਧੀਆ ਰਾਗ ਮਿਹਨਤਾਂ ਕਰ ਕਰਕੇ ਗਾਈ ਜਾਓ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਮਿਹਨਤ ਨਹੀਂ ਕਰਨੀ ਇਸ ਬੰਨੇ ਪਰ ਜੇ ਅੰਦਰ ਪਿਆਰ ਨਹੀਂ ਅੰਦਰ ਜੇ ਪ੍ਰੀਤੀ ਨਹੀਂ ਤੇ ਪਿਆਰਿਓ ਗੁਰੂ ਦੇ ਦਰ ਤੇ ਪ੍ਰਵਾਨਤਾ ਵੀ ਨਹੀਂ ਇੱਥੇ ਪ੍ਰੇਮ ਨੂੰ ਗੋਬਿੰਦ ਪਾਓ ਭਗਤ ਦਾ ਭੁੱਖਾ ਜਿੱਥੇ ਉਹ ਦਮੜਿਆਂ ਦਾ ਭੁੱਖਾ ਨਹੀਂ ਜਿੱਥੇ ਉਹ ਪਦਾਰਥਾਂ ਦਾ ਭੁੱਖਾ ਨਹੀਂ ਉੱਥੇ ਉਹ ਤੇਰੀ ਆਵਾਜ਼ ਦਾ ਵੀ ਭੁੱਖਾ ਨਹੀਂ ਤੇਰੇ ਅਲਾਪਾਂ ਦਾ ਵੀ ਭੁੱਖਾ ਨਹੀਂ ਤੇਰੇ ਸੰਗੀਤ ਦਾ ਵੀ ਉਹ ਭੁੱਖਾ ਨਹੀਂ ਵੀ ਤੇਰੇ ਚ ਕਲਾ ਕਿੰਨੀ ਕੁ ਜ਼ਿਆਦੀ ਹੈ ਤੂੰ ਕਿੰਨੀਆਂ ਕੁ ਵਧੀਆ ਸੁਰਾਂ ਲਾਉਣਾ ਹੈ ਇਹਨਾਂ ਚੀਜ਼ਾਂ ਦਾ ਵੀ ਉਹ ਭੁੱਖਾ ਨਹੀਂ ਗੋਬਿੰਦ ਪਾਓ ਭਗਤ ਦਾ ਭੁੱਖਾ ਉਹ ਤੇ ਤੇਰੇ ਪ੍ਰੇਮ ਦਾ ਭੁੱਖਾ ਹੈ ਉਹ ਤੇ ਤੇਰੀ ਬੰਦਗੀ ਦਾ ਭੁੱਖਾ ਹੈ ਉਹ ਤੇ ਤੇਰੇ ਪਿਆਰ ਦਾ ਭੁੱਖਾ ਹੈ ਤੇ ਆਓ ਫਿਰ ਮਾਲਕ ਕਿਰਪਾ ਕਰਨ ਸਾਡੇ ਅੰਦਰ ਪਿਆਰ ਬਣੇ ਜਿੰਨਾ ਚਿਰ ਹੁਣ ਆਪਾਂ ਮਾਲਕ ਦੇ ਕੀਰਤਨ ਦੇ ਨਾਲ ਜੁੜਨਾ ਹੈ ਨਾ ਬਾਣੀ ਦਾ ਕੀਰਤਨ ਕਰਨਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਜੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਆਪਾਂ ਸਾਰੇ ਲਾਹਾ ਖੱਟਣ ਵਾਸਤੇ ਆਏ ਤੇ ਜਿਹੜਾ ਜਿਹੜਾ ਜਿੰਨਾ ਵੀ ਪਿਆਰ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੇਗਾ ਬਾਣੀ ਦਾ ਜਪ ਕਰੇਗਾ ਪਿਆਰਿਓ ਓਨਾ ਹੀ ਉਹਦੇ ਕੋਲ ਨਾਮ ਦਾ ਧਨ ਜਿਹੜਾ ਹੈ ਉਹ ਲਵਾ ਲਵ ਭਰਦਾ ਜਾਵੇਗਾ ਇਹ ਦਫ਼ਤਰ ਜੇ ਇੱਥੇ ਕਾਰਜ ਕਰਾ ਲਓ ਅੱਜ ਜਿਹੜੇ ਵੀ ਕਰਾਉਣੇ ਮਾਲਕ ਬੈਠੇ ਨੇ ਕੁਰਸੀ ਤੇ ਆ ਕੇ ਆਓ ਬੜੇ ਪਿਆਰ ਦੇ ਨਾਲ ਅਜੂ ਸਮਝ ਕਸ਼ ਵਿਗਰਿਓ ਨਾਹੀਂ ਭੱਜ ਲੈ ਨਾਮ ਮੁਰਾਰ ਕਹੁ ਨਾਨਕ ਮਤ ਨਿਤ ਨਿਤ ਮਤ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ ਬੜੇ ਪਿਆਰ ਦੇ ਨਾਲ ਬੜੀ ਭਾਵਨਾ ਦੇ ਨਾਲ ਗਾਵੀਏ ਜੀ ਅਜੂ ਸਮਝ ਕਸ਼ ਬਿਗਰਿਓ ਨਾਹੀਂ ਅਜੂ ਸਮਝ ਕਸ਼ ਬਿਗਰਿਓ ਨਾਹੀਂ ਭੱਜ ਲੈ ਨਾਮ ਮੁਰਾਰ ਭੱਜ ਲੈ ਨਾਮ ਮੁਰਾਰ ਅਜੂ ਸਮਝ ਕਸ਼ ਬਿਗਰਿਓ ਨਾਹੀਂ ਅਜੂ ਸਮਝ ਕਸ਼ ਬਿਗਰਿਓ ਨਾਹੀਂ ਭੱਜ ਲੈ ਨਾਮ ਮੁਰਾਰ ਭੱਜ ਲੈ ਨਾਮ ਮੁਰਾਰ ਅਜੂ ਸਮਝ
काश बिगरे ना जो संबंध काश बिगरे ना पाचले नाम मुरार पाचले नाम मुरार Vaheguru, 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 Vaheguru,
ਧਰ ਕਿਰਪਾ ਕੀ ਜਨਾ 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 ਨਾਨਕ ਕੀ ਬੇਨਤੀਆ ਨਾਨਕ ਕੀ ਬੇਨਤੀਆ ਨਾਨਕ ਕੀ ਬੇਨਤੀਆ ਨਾਨਕ ਕੀ ਬੇਨਤੀਆ ਧਰ ਕਿਰਪਾ ਕੀ ਜਨਾ 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 ਆਪਣਾ ਨਾਮ ਦੇਵੋ 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 ਗੁਣ ਗਾਵਾਂ ਦਿਨ ਰਾਤ 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 ਗੁਣ ਗਾਵਾਂ ਆਪਣਾ ਨਾਮ ਦੇਵੋ 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 ਹਰ ਕਿਰਪਾ ਕੀ ਜਨਾ 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 ਨਾਨਕ ਕੀ ਬੇਨਤੀਆ ਨਾਨਕ ਕੀ ਬੇਨਤੀਆ ਨਾਨਕ ਕੀ ਬੇਨਤੀਆ ਨਾਨਕ ਕੀ ਬੇਨਤੀਆ ਹਰ ਕਿਰਪਾ ਕੀ ਜਨਾ 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 ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਜਲੇ ਨਾਮ ਮੁਰਾਰ ਪਜਲੇ ਨਾਮ
Vaheguru, 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 Vaheguru,
ਸਾਧਨ ਕੋ ਪਾਖਿਓ ਤੋਹੇ ਪੁਕਾਰ ਪਿਆਰਿਓ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਆਪਾਂ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤਿੰਨਾਂ ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਸ਼ਬਦ ਔਰ ਮਾਲਕ ਜੀ ਨੇ ਸਾਨੂੰ ਸਾਰਿਆਂ ਨੂੰ ਇਹੋ ਉਪਦੇਸ਼ ਬਖਸ਼ਿਸ਼ ਕੀਤਾ ਪਿਆਰਿਆ ਸਿਮਰਨ ਦੇ ਨਾਲ ਬੰਦਗੀ ਦੇ ਨਾਲ ਜੁੜ ਜਾ ਸਿਮਰਨ ਕਰਨਾ ਹੀ ਪੈਂਦਾ ਹੈ ਜਿਸ ਤਰ੍ਹਾਂ ਕੋਈ ਉਹ ਬੰਦਾ ਰੱਜਦਾ ਹੈ ਜਿਹੜਾ ਭੋਜਨ ਛਕਦਾ ਹੈ ਭੋਜਨ ਉਗਾ ਕੋਈ ਸਕਦਾ ਹੈ ਭੋਜਨ ਤਿਆਰ ਕੋਈ ਕਰ ਸਕਦਾ ਹੈ ਦੂਸਰਾ ਵੀ ਥਾਲੀ ਵਿੱਚ ਵੀ ਕੋਈ ਪਾ ਕੇ ਲਿਆ ਕੇ ਅੱਗੇ ਰੱਖ ਦੇਵੇਗਾ ਪਰ ਭੁੱਖ ਤਾਂ ਮਿਟੇਗੀ ਜੇ ਉਸ ਭੋਜਨ ਦੀ ਗੁਰਾਈ ਨੂੰ ਤੋੜ ਕੇ ਅਸੀਂ ਅੰਦਰ ਖੜਾਂਗੇ ਤਾਂ ਸਿਮਰਨ ਵਾਸਤੇ ਸਿਮਰਨ ਦੀ ਮਹਾਨਤਾ ਸਿਮਰਨ ਕਰਨ ਦੀ ਜਾਚ ਇਹ ਸਾਨੂੰ ਦੂਸਰਿਆਂ ਤੋਂ ਸੰਗਤ ਵਿੱਚ ਆ ਕੇ ਇੱਕ ਦੂਜੇ ਤੋਂ ਪਤਾ ਲੱਗ ਸਕਦਾ ਹੈ ਪਰ ਅੰਦਰ ਸਿਮਰਨ ਤਦੋਂ ਹੀ ਜਾਵੇਗਾ ਜਦੋਂ ਆਪਾਂ ਸਿਮਰਨ ਕਰਾਂਗੇ ਤੇ ਸਾਰੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਨੂੰ ਸਿਮਰਨ ਕਰਨ ਵਾਸਤੇ ਹੀ ਉਪਦੇਸ਼ ਕਰ ਰਹੀ ਹੈ ਤੇ ਪਿਆਰਿਓ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਜਿਹਦੇ ਅੰਦਰ ਸਿਮਰਨ ਚੱਲਿਆ ਗਿਆ ਉਹਨੇ ਸੰਸਾਰ ਦੇ ਸਾਰੇ ਸੁੱਖ ਪ੍ਰਾਪਤ ਕਰ ਲਏ ਜੇ ਕੋਈ ਚਾਹੁੰਦਾ ਹੈ ਵੀ ਮੈਂ ਸੁਖੀ ਹੋ ਜਾਵਾਂ ਮੇਰੇ ਦੁੱਖਾਂ ਤੋਂ ਮੈਨੂੰ ਛੁਟਕਾਰਾ ਮਿਲ ਜਾਵੇ ਤੇ ਸਿਮਰਨ ਤੋਂ ਵੱਡੀ ਕੋਈ ਦਵਾਈ ਨਹੀਂ ਜੇ ਹੈਗੀ ਸਤਿਗੁਰੂ ਰਹਿਮਤ ਕਰੇ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਵੇ ਅਸੀਂ ਇੱਥੋਂ ਸਿਮਰਨ ਦੀਆਂ ਦਾਤਾਂ ਲੈ ਕੇ ਘਰ ਨੂੰ ਜਾਈਏ ਮਾਲਕ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਕਰਦਿਆਂ ਗੁਰਮਤ ਦੀਆਂ ਵਿਚਾਰਾਂ ਕਰਦਿਆਂ ਸਾਰਿਆਂ ਕੀਰਤਨੀਆਂ ਦੇ ਪਾਸੋਂ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਸਤਿਗੁਰੂ ਮਹਾਰਾਜ ਅਤੇ ਆਪ ਸਰਬੱਤ ਸੰਗਤ ਬਖਸ਼ਣ ਹਾਰੋ ਆਪ ਜੀ ਨੇ ਬਖਸ਼ ਲੈਣਾ ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਬੜੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਤਿਗੁਰੂ ਰਹਿਮਤਾਂ ਕਰਨ ਆਪ ਸੰਗਤ ਅਸੀਸ ਬਖਸ਼ਿਸ਼ ਕਰੋ ਇਸੇ ਤਰ੍ਹਾਂ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਨਾਲ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਜੁੜੇ ਰਹੀਏ ਬਾਕੀ
ਸਮਾਪਤੀ ਤੋਂ ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਤਲਵੰਡੀ ਬਖਤਾ ਦੇ ਮੇਨ ਪ੍ਰਬੰਧਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹ ਆਪ ਸੰਗਤਾਂ ਦਾ ਧੰਨਵਾਦ ਵੀ ਕਰਨਗੇ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਉਲੀਕਿਆ ਹੈ ਉਹਨਾਂ ਦਾ ਵੀ ਧੰਨਵਾਦ ਕਰਨਗੇ ਕਿਉਂਕਿ ਇਹ ਧੰਨਵਾਦ ਵਾਲੀ ਗੱਲ ਹੈ ਇਹ ਸਮਾਗਮ ਰਚਨੇ ਦੂਸਰਿਆਂ ਨੂੰ ਨਾਲ ਲੈ ਕੇ ਬਾਣੀ ਦੇ ਨਾਲ ਜੁੜਨਾ ਸਿਮਰਨ ਕਰਨਾ ਮਾਲਕ ਜੀ ਤੇ ਕਹਿੰਦੇ ਨੇ ਆਪ ਜਪੋ ਅਵਰਾ ਨਾਮ ਜਪਾਵੋ ਤੇ ਇਹ ਜਿਨ੍ਹਾਂ ਨੇ ਉਦਮ ਕੀਤਾ ਹੈ ਇਹ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਮਾਲਕ ਜੀ ਨੇ ਜਿਨ੍ਹਾਂ ਨੂੰ ਉਦਮ ਬਖਸ਼ਿਸ਼ ਕੀਤਾ ਹੈ ਆਪਾਂ ਜੁੜ ਮਿਲ ਬੈਠੇ ਹਾਂ ਤੇ ਉਹਨਾਂ ਦੇ ਉਦਮ ਦਾ ਸਦਕਾ ਗੁਰੂ ਦੀ ਰਹਿਮਤ ਦਾ ਸਦਕਾ ਬਖਸ਼ਿਸ਼ ਦਾ ਸਦਕਾ ਸਤਿਗੁਰੂ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਆਓ ਆਨੰਦ ਸਾਹਿਬ ਜੀ ਦੇ ਪਾਠ ਕਰਕੇ ਅਰਦਾਸ ਵਿੱਚ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ